ਸਤਿ ਸ੍ਰੀ ਅਕਾਲ ਅਦਾਬ ਤੇ ਨਮਸਤੇ। ਉਹ ਮੈਂ ਅੱਜ ਨਿੱਕ ਦਾ ਪਾਪਾ, ਨਿੱਕ ਗਿਆ ਸੀ ਗੱਲ ਲਵਾਉਣ ਟੀਕਾ, ਟੀਕਾ ਜਿਹਾ ਲਵਾਉਣ ਗਿਆ ਸੀ ਆਇਆ ਨਹੀਂ, ਤੇ ਉਹਦੀ ਵੇਟ ਕਰਦਿਆਂ ਅੱਜ ਥੋੜ੍ਹਾ ਅਸੀਂ ਲੇਟ ਵੀ ਹੋ ਗਏ ਹਾਂ। ਤਾਂ ਕੋਈ ਨਹੀਂ, ਉਹਦੀ ਥਾਂ 'ਤੇ ਅੱਜ ਮੈਂ ਪ੍ਰੋਗਰਾਮ ਕਰੂੰਗਾ, ਅਤੇ ਜੇ ਤੁਸੀਂ ਵੀ ਸਾਡੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਸਾਨੂੰ ਕਾਲ ਕਰਕੇ ਜੁੜ ਸਕਦੇ ਹੋ ਥੱਲੇ ਲਿਖੇ nick@jasbroadcasting.com ਦੇ ਉੱਤੇ, ਜਾਂ ਫਿਰ info@jasbroadcasting.com ਦੇ ਉੱਤੇ। ਉੱਤੇ ਮੈਂ ਆਪਣਾ ਨਿੱਕ ਤਾਂ ਹੈ ਨਹੀਂ ਗਾ, ਅਤੇ ਮੈਂ ਅੱਜ ਜਸ ਪੰਜਾਬੀ ਨੂੰ 14ਵੇਂ ਜਿਹੜੀ ਉਹਨਾਂ ਦੀ ਹੈਗੀ ਹੈ ਵਰੇ ਗੰਢ ਦੀ, ਬਹੁਤ ਬਹੁਤ ਵਧਾਈ ਦਿੰਦਾ ਹਾਂ, ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਕਿ ਜਿਨ੍ਹਾਂ ਨੇ 14 ਸਾਲ ਪੰਜਾਬੀ ਸੱਭਿਆਚਾਰ ਦੀ, ਜਿੱਦਾਂ ਹੁਣ ਪਿੱਛੇ ਕਿਸਾਨਾਂ ਦੀ, ਹੋਰ ਜਿੱਥੇ ਜਿੱਥੇ ਵੀ ਸਾਨੂੰ ਲੋੜ ਪਈ ਹੈ, ਪੰਜਾਬੀਆਂ ਨੂੰ ਲੋੜ ਪਈ ਹੈ, ਉੱਥੇ ਜਸ ਪੰਜਾਬੀ ਨੇ ਆਪਣਾ ਪੂਰਾ 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 ਯੋਗਦਾਨ ਦਿੱਤਾ ਆ। ਅਤੇ ਮੈਂ ਬਹੁਤ ਬਹੁਤ ਵਧਾਈ ਦਿੰਦਾ ਵਾਂ 14ਵੀਂ ਦੇ ਵਿੱਚ ਪੈਰ ਰੱਖਣ ਲਈ, 14ਵੇਂ ਸਾਲ ਦੇ ਵਿੱਚ ਪੈਰ ਰੱਖਣ ਲਈ ਜਸ ਪੰਜਾਬੀ ਨੂੰ, ਜਸ ਪੰਜਾਬੀ ਦੇ ਪਰਿਵਾਰ ਨੂੰ, ਇਕੱਲੇ ਇਕੱਲੇ ਜੀ ਨੂੰ, ਇਕੱਲੇ ਇਕੱਲੇ ਐਂਕਰ ਨੂੰ, ਇਕੱਲੇ ਇਕੱਲੇ ਟੈਕਨੀਸ਼ੀਅਨ ਨੂੰ, ਅਤੇ ਇਕੱਲੇ ਇਕੱਲੇ ਆਡੀਅੰਸ ਨੂੰ ਵੀ ਮੈਂ ਜ਼ਰੂਰ ਵਧਾਈ ਦਿੰਦਾ ਵਾਂ 14ਵੀਂ ਵਰੇ ਗੰਢ ਦੇ ਉੱਤੇ। ਅਤੇ ਦਰਸ਼ਕੋ, ਜਿੱਥੇ ਆਪਾਂ ਦੇਖਦੇ ਹਾਂ ਵੀ ਖੁਸ਼ੀਆਂ ਦਾ ਮਾਹੌਲ ਹੁੰਦਾ ਆ, ਅਤੇ ਉਸ ਦੇ ਵਿੱਚ ਹੀ ਗਮੀਆਂ ਵੀ ਜੁੜੀਆਂ ਨੇ। ਜਿੱਦਾਂ ਜ਼ਿੰਦਗੀ ਦੇ ਦੋ ਪਹਿਲੂ ਨੇ, ਇੱਕ ਬਣੇ ਖੁਸ਼ੀ ਹੈ ਅਤੇ ਦੂਜੇ ਬਣੇ ਗਮੀ ਹੈ। ਅਤੇ ਮੈਨੂੰ ਬੜੇ ਦੁਖੀ ਹਿਰਦੇ ਨਾਲ ਤੁਹਾਡੇ ਨਾਲ ਇਹ ਗੱਲ ਕਰਨੀ ਪੈਂਦੀ ਆ ਵੀ ਸਾਡੇ ਪਰਿਵਾਰ ਦਾ ਹਿੱਸਾ ਸਨ ਬੜੇ ਚਿਰ ਤੋਂ, ਐਨਾਪੋਲਿਸ ਤੋਂ ਸਾਡੇ ਸਤਿਕਾਰਯੋਗ ਪ੍ਰੋਫੈਸਰ ਨਿਰੰਜਣ ਸਿੰਘ ਜੀ ਢੇਸੀ, ਜਿਹੜੇ ਕਿ ਸਾਡੇ ਵਿੱਚ ਨਹੀਂ ਰਹੇ, ਅਤੇ ਅੱਜ ਸਾਨੂੰ ਸਵੇਰੇ ਇਹ ਦੁੱਖ ਭਰੀ ਖਬਰ ਮਿਲੀ ਆ। ਅਤੇ ਉਹ ਸਾਡੇ ਨਾਲ ਐਨਾਪੋਲਿਸ ਤੋਂ ਹੀ ਸਾਡੇ ਟੀਮ ਮੈਂਬਰ, ਸਾਡੇ ਵੀਰ ਜਿੰਮੀ ਬਰਾੜ ਜੀ ਸਾਡੇ ਨਾਲ ਜੁੜੇ ਨੇ, ਅਤੇ ਉਹ ਉੱਥੋਂ ਦੀ ਜੋ ਵੀ ਆ ਸਾਰੀ ਜਿਹੜੀ ਗੱਲਬਾਤ ਆ ਤੁਹਾਡੇ ਰੂਬਰੂ ਰੱਖਣਗੇ ਜੀ। ਜਿੰਮੀ ਜੀ, ਸਵਾਗਤ ਹੈ ਜੀ ਤੁਹਾਡਾ, ਅਤੇ ਬਹੁਤ ਦੁੱਖ ਭਰੀ ਜਿਹੜੀ। ਸਤਿ ਸ੍ਰੀ ਅਕਾਲ ਨਿੱਕ ਸਾਹਿਬ ਜੀ। ਜਿੰਮੀ ਜੀ, ਮੈਂ ਨਿੱਕ ਤਾਂ ਹੈ ਨਹੀਂ ਅੱਜ, ਅਤੇ ਨਿੱਕ ਦੇ ਭਾਪੇ ਦੀ ਲੱਗੀ ਆ ਡਿਊਟੀ, ਅਤੇ ਆਪਾਂ ਹੋਰ ਪ੍ਰੋਗਰਾਮ ਦਾ ਰੁੱਖ ਕਰਨਾ ਸੀ, ਪਰ ਅੱਜ ਜਿਹੜਾ ਆਪਾਂ ਨੂੰ ਇਹ ਇੱਕ ਜਿੱਥੇ ਇੱਕ ਬੰਨੇ ਆਪਾਂ 14ਵੀਂ ਵਰੇ ਗੰਢ ਜਸ ਪੰਜਾਬੀ ਦੀ ਮਨਾਉਣ ਡਏ ਹਾਂ, ਉੱਥੇ ਹੀ ਦੂਜੇ ਬੰਨੇ ਤੁਹਾਡੇ ਉੱਥੋਂ ਇੱਕ ਦੁੱਖ ਭਰੀ ਜਿਹੜੀ ਖਬਰ ਮਿਲੀ ਹੈ ਪ੍ਰੋਫੈਸਰ ਸਾਹਿਬ ਬਾਰੇ, ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ, ਅਤੇ ਇੱਕ ਆਪਾਂ ਆਪਣੇ ਪਰਿਵਾਰ ਵੱਲੋਂ, ਜਸ ਪਰਿਵਾਰ ਵੱਲੋਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਵੀ ਭੇਂਟ ਕਰੀਏ ਜੀ। ਨਿੱਕ ਸਾਹਿਬ, ਬੜੀ ਮੰਦਭਾਗੀ ਘਟਨਾ ਅੱਜ ਸਵੇਰੇ ਘਟੀ ਹੈ, ਜਿਹੜੀ ਸਾਡੇ ਜਸ ਦੇ ਬੜੇ ਵੱਡੇ ਚਿਰ ਤੋਂ ਮੈਂਬਰ ਸੀ, ਉਹ ਜਿਹੜੇ ਜਿਨ੍ਹਾਂ ਦੇ ਕੋਲ ਬਹਿ ਕੇ ਬੜਾ ਸਕੂਨ ਮਿਲਦਾ ਸੀ, ਅੱਜ ਸਵੇਰੇ 3:40 ਤੇ ਉਹਨਾਂ ਦੀ ਜਿਹੜੀ ਅੰਤਮ ਯਾਤਰਾ ਇਸ ਦੁਨੀਆਂ ਤੋਂ ਖਤਮ ਹੋ ਗਈ, ਅਤੇ ਉਹਨਾਂ ਦਾ ਦੇਹਾਂਤ ਹੋ ਗਿਆ ਹੋਸਪਿਟਲ ਵਿੱਚ, ਜਿਹੜੇ ਪਿਛਲੇ ਆਲਮੋਸਟ 2 ਮਹੀਨੇ ਤੋਂ ਹੋਸਪਿਟਲ ਸੀਗੇ, ਅਤੇ ਉਹਨਾਂ ਨੂੰ ਪ੍ਰੋਬਲਮ ਕਾਫੀ ਆਈਆਂ ਸੀ, ਅਤੇ ਲੇਕਿਨ ਐਸਾ ਲੋਸਟ ਹੋ ਗਿਆ ਜਿਹੜਾ ਯਾਨੀ ਕਿ ਬਹੁਤ ਹੀ ਔਖਾ ਡਾਈਜੈਸਟ ਨਹੀਂ ਹੋ ਰਿਹਾ ਸਵੇਰ ਦਾ, ਸਵੇਰ ਦੀ ਕਾਲ ਆਈ। ਅੱਜ ਦਾ ਦਿਨ ਜਿਹੜਾ ਉਹ ਬਹੁਤ ਮਾੜਾ ਚੜਿਆ ਸਾਡੇ ਲਈ, ਕਿਉਂਕਿ ਨਿਰੰਜਣ ਸਿੰਘ ਜੀ ਢੇਸੀ, ਜਿਨ੍ਹਾਂ ਨੂੰ ਕਾਫੀ ਯਾਨੀ ਕਿ ਜਾਣਦੇ ਆ ਸਾਰੇ ਕਿ ਉਹ ਇੱਕ ਸਿੱਖੀ ਦੇ ਵਿੱਚ ਆਪਣੇ ਆਪ ਵਿੱਚ ਇੱਕ ਚੱਲਦੀ ਫਿਰਦੀ ਕੰਪਿਊਟਰ ਸੀ, ਜਿਹਨਾਂ ਦੇ ਵਿੱਚ ਇੰਨਾ ਵੱਡਾ ਸਿੱਖੀ ਦਾ ਜਿਹੜਾ ਖਜ਼ਾਨਾ ਸੀ ਉਹ ਭਰਿਆ ਹੋਇਆ ਸੀ। ਮੈਂ ਤਾਂ ਉਹਨਾਂ ਨੂੰ ਬਹੁਤ ਨੇੜੇ ਤੋਂ ਦੇਖਿਆ, ਲੇਕਿਨ ਉਹਨਾਂ ਦੇ ਕੋਲ ਜਿੰਨਾ ਖਜ਼ਾਨਾ ਸੀ ਮੂੰਹ ਜ਼ਬਾਨੀ ਚੇਤੇ ਕੀਤਾ ਹੋਇਆ, ਇੱਕ ਲੈਕਚਰਾਰ, ਵੱਡੇ ਲੈਕਚਰਾਰ ਸੀਗੇ, ਅਤੇ ਹੁਣ ਆਪਾਂ ਉਹਨਾਂ ਬਾਰੇ ਹੋਰ ਤੁਹਾਨੂੰ ਦੱਸਦੇ ਕਿ ਉਹਨਾਂ ਨੇ ਇੱਥੇ ਆ ਕੇ ਪਿਛਲੇ 10 ਸਾਲ ਤੋਂ ਆਪਣੀ ਬੇਟੀ ਦੇ ਨਾਲ ਰਹਿ ਰਹੇ ਸੀ। ਪਹਿਲਾਂ ਉਹਨਾਂ ਨੇ ਇੰਡੀਆ ਇੰਨੀ ਪੜ੍ਹਾਈ ਕਰਾਈ ਸਟੂਡੈਂਟ ਦੀ, ਆਪਣੀ ਪੰਜਾਬੀ ਬੋਲੀ ਦੀ ਸੱਭਿਆਚਾਰ ਦੀ ਜਿਹੜੀ ਆ ਡਿਊਟੀ ਨਿਭਾਈ, ਹੁਣ ਉਹ ਆਪਣੀ ਬੇਟੀ ਕੋ ਆ ਕੇ ਇੰਡੀਆਨਾਪੋਲਿਸ ਰਹਿ ਰਹੇ ਸੀ ਪਿਛਲੇ 10 ਸਾਲ ਤੋਂ ਜੀ। ਮੈਂ ਆਪਣਾ ਜਿੰਮੀ ਜੀ ਪੁੱਛਣਾ ਚਾਹਾਂਗਾ ਕਿ ਵੀ ਜਿਹੜੇ ਦਰਸ਼ਕ ਉਹਨਾਂ ਨਾਲ ਪਿਆਰ ਮੁਹੱਬਤ ਕਰਦੇ ਨੇ ਜਾਂ ਹੋਰ ਦੇਖ ਰਹੇ ਨੇ ਤੁਹਾਡੇ ਲੋਕਲ, ਉਹ ਇਹ ਜ਼ਰੂਰ ਜਾਣਨਾ ਚਾਹੁੰਗੇ ਕਿ ਉਹਨਾਂ ਦੇ ਜੇ ਦਰਸ਼ਨ ਕਰਨੇ ਨੇ ਕਿਸੇ ਨੇ, ਅਖੀਰਲੇ ਦਰਸ਼ਨ ਕਰਨੇ ਨੇ, ਜਾਂ ਕੋਈ ਖੰਡ ਪਾਠ ਦਾ, ਜਾਂ ਕੋਈ ਫਿਊਨਰਲ ਦਾ, ਜਿਹੜਾ ਵੀ ਕੋਈ ਵੀ ਇੱਥੇ ਅਮਰੀਕਾ ਦੇ ਹਿਸਾਬ ਨਾਲ ਜਿਹੜੇ ਵੀ, ਉਹ ਮੈਨੂੰ ਪਤਾ ਨਹੀਂ ਸਾਰੇ ਇੰਨੇ, ਅਤੇ ਉਹ ਜ਼ਰੂਰ ਦਰਸ਼ਕਾਂ ਨੂੰ ਜੇ ਤੁਹਾਡੇ ਕੋਲ ਕੋਈ ਹੈਗੀ ਆ ਤਾਂ ਉਹ ਜ਼ਰੂਰ ਜਾਣਕਾਰੀ ਦੇ ਦਿਓ।
जी मी जी 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 मी जी मैं कह रहा सी भी जे तुहाडे कोल उन्होंने कोई भी जिहड़ा कि उन्होंने दर्शन अखीरले किसी ने करने होण जां फिर गुरु घर दे विच कोई प्रोग्राम होण जां फ्यूनरल दा स्केड्यूल जां कुछ भी हैगा वा वह दर्शकों नूं जरूर दसो जी। जी एक तो मैं ये दसना चाहूंगा कि जे किसी ने भी उन्होंने फ्यूनर बारे इनफॉरमेशन लेनी हो वे, वो मैं थोनू भी दस देना। वैसे मेरे नंबर से मैनू कॉल कर सकते हो, मेरा नंबर है 317-538-5385। जो उन्होंने फ्यूनर है जी वो सैचरडे का रखा गया, सैचरडे आ जो आ रहा सैटरडे आ 11 तो लैके 1 बजे तक आ। फिर उन्होंने जरा रेमंड गुरु घर साहब अखंड पाठ रखाए जाएंगे जे अज आरंभ हो गए, तो सैचरडे मोरे सैचरडे ही पाए जाएंगे। ये है उन्होंने जो फ्यूनर है वो है जी 30th Street से 34th से आ 38 के नेड़े, सारे उस गुरु घर जानते हैं, बिल्कुल लाफियर रोड के नेड़े आ। जे होर किसी एड्रैस या इनफॉरमेशन चाहिए हो वो मैं फोन कर सकता। वैसे एड्रैस मैं एक बार फिर बोल दिना उस फ्यूनर होम का, उन्होंने एड्रैस है जी फ्लैनर ब्यूकिन नाम है उन्होंने, तो उन्होंने एग्जैक्ट है 2950 North High School Road है जी इंडियन एपलस के। ये है उन्होंने जिहड़ा जिथे फ्यूनर होना है। तो बाकी किसी भी तरह की जे किसी मेरे भैन भरा चाहिए हो इनफॉरमेशन वो मैनू फोन कर सकता और मैनू कॉन्टैक्ट करके सारी इनफॉरमेशन ले सकता। जी नंबर भी दस दौ दर्शकों को। जी उस जिहड़ा फ्यूनर होम का नंबर है जी 317-387-7020। ये फिर बोल दिया हाई स्कूल 34 Road के उप 30th के उपर आ, बिल्कुल ही 38 के तो 16 के विचाले पैंदा, जिहड़े इत्थे लोग रुकी रहिंदे ने सारे जाते हैं, काफ़ी पापूलर अपने काफ़ी फ्यूनर उत्थे हुंदे ने, ते सारयां नूं तकरीबन पता ही है भी वो फ्यूनर होम कित्थे है। लेकिन फिर भी जे कोई बंदा नवा मूव होया जिन्हों नहीं पता वो मैनू जरूर कॉल कर सकता मेरे नंबर से 317-538-5385। जी ਤੁਹਾਡੇ ਨੰਬਰ ਤੇ ਕਰ ਸਕਦੇ ਤੇ ਇੱਕ ਗੱਲ ਹੋ ਰਿਹਾ ਵੀ ਜਿੱਦਾਂ ਵੀ ਇੱਥੇ ਅੱਜ ਕੱਲ੍ਹ ਜਿਹੜੇ ਕੋਈ ਆਪਾਂ ਵੇਖਦੇ ਹਾਂ ਗੈਦਰਿੰਗ ਹੁੰਦੀ ਆ ਭਾਵੇਂ ਗੁਰੂ ਘਰਾਂ ਦੇ ਵਿੱਚ ਹੋਵੇ ਤੇ ਭਾਵੇਂ ਫਿਊਨਰਲ ਤੇ ਹੋਵੇ ਭਾਵੇਂ ਕਿਸੇ ਵਿਆਹ ਸ਼ਾਦੀ ਤੇ ਹੋਵੇ ਤੇ ਬੜੇ ਉਹਦੇ ਵਿੱਚ ਰੱਖਣਾ ਪੈਂਦਾ ਵਾ ਕਿ ਗਿਣਤੀ ਜ਼ਿਆਦਾ ਨਾ ਹੋਵੇ ਥੋੜ੍ਹੇ ਲੋਕ ਪਹੁੰਚਣ ਤੇ ਉਹ ਉਸ ਚੀਜ਼ ਦਾ ਵੀ ਦਰਸ਼ਕਾਂ ਨੂੰ ਖਿਆਲ ਰੱਖਣਾ ਚਾਹੀਦਾ ਆ ਵੀ ਹਰ ਕਿਸੇ ਨੂੰ ਹੁੰਦਾ ਆ ਵੀ ਦੁੱਖ ਦੇ ਵਿੱਚ ਸ਼ਰੀਕ ਜੇ ਆਪਾਂ ਜਾਈਏ ਤਾਂ ਉਸ ਇਸ ਦੁੱਖ ਦੇ ਮੌਕੇ ਤੇ ਪਰਿਵਾਰ ਦੇ ਨਾਲ ਦੁੱਖ ਵੰਡਾਈਏ ਤੇ ਜਿੱਥੇ ਆਪਾਂ ਗੱਲ ਕਰ ਰਹੇ ਸੀ ਕਿ ਇੱਕ ਬੰਨੇ ਖੁਸ਼ੀ ਤੇ ਇੱਕ ਬੰਨੇ ਗਮੀ ਤੇ ਜਿੱਥੇ ਦੁੱਖੀ ਮਾਹੌਲ ਦੇ ਵਿੱਚ ਜਾਣਾ ਵੀ ਬਣਦਾ ਆ ਤੇ ਜ਼ਰੂਰ ਦਰਸ਼ਕਾਂ ਨੂੰ ਦੱਸਿਓ ਵੀ ਉੱਥੇ ਦੀ ਜੋ ਵੀ ਆ ਤੁਹਾਡੇ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਨੇ ਕਿ ਉਹ ਵੀ ਕਿੰਨੇ ਕੁ ਲੋਕ ਜਾਣ ਤੇ ਉਸ ਚੀਜ਼ ਦਾ ਜ਼ਰੂਰ ਕਿਉਂਕਿ ਪਰਿਵਾਰ ਵਾਲਿਆਂ ਦਾ ਤਾਂ ਬਹੁਤ ਜ਼ਰੂਰੀ ਹੁੰਦਾ ਇਹੋ ਜਿਹੇ ਮੌਕੇ ਦੇ ਉੱਤੇ ਪਹੁੰਚਣਾ। ਜੀ ਵਾਟ ਸਾਹਿਬ ਬਿਲਕੁਲ, ਤੁਹਾਡਾ ਇਹ ਜਿਹੜਾ ਜੋ ਤੁਸੀਂ ਕਿਹਾ ਇਹਦਾ ਇਹਦੇ ਬਾਰੇ ਆਪਾਂ ਜ਼ਰੂਰ ਦੱਸਾਂਗੇ। ਉਹ ਫਿਊਨਰ ਹਾਮ ਹਾਲ ਹੈ ਜਿਹੜਾ ਕਾਫੀ ਖੁੱਲ੍ਹਾ ਆ ਅਤੇ ਉੱਥੇ ਆਲਮੋਸਟ 1000 ਬੰਦੇ ਦੀ ਕੈਪੈਸਿਟੀ ਆ, ਪਰ ਫਿਰ ਵੀ ਆਪਾਂ ਫੈਮਿਲੀ ਅਤੇ ਥੋੜ੍ਹੇ ਬੰਦੇ ਜਿਹੜੇ ਅੰਦਰ ਬੈਠਣਗੇ, ਬਾਕੀ 2 ਬੰਦਿਆਂ ਦੀ ਡਿਊਟੀ ਲਗਾਈ ਜਾਏਗੀ ਦਰਵਾਜ਼ੇ ਦੇ ਉੱਪਰ ਕਿ ਤੁਸੀਂ ਜਾ ਕੇ ਉਹਨਾਂ ਦੇ ਦਰਸ਼ਨ ਕਰਕੇ ਬਾਹਰ ਆ ਜਾਓ। ਥੋੜ੍ਹੇ ਥੋੜ੍ਹੇ ਬੰਦੇ ਅੰਦਰ ਜਾਣਗੇ ਟਰਮ ਵਾਰੀ 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 ਜਾ ਕੇ ਅਤੇ ਦੇਖ ਕੇ ਟਰਮ ਬਾਏ ਟਰਮ ਉਹਨਾਂ ਨੂੰ ਆਖਰੀ ਦਰਸ਼ਨ ਕਰ ਸਕਦੇ ਹਾਂ। ਇੱਦਾਂ ਦੀ ਕੋਈ ਨਹੀਂ ਕਿ ਉਹਨਾਂ ਨੂੰ ਜਿਹੜੇ ਉਹਨਾਂ ਨਾਲ ਪਿਆਰ ਕਰਦੇ ਨੇ ਉਹ ਜ਼ਰੂਰ ਮਿਲਣਾ ਚਾਹੁਣਗੇ ਆਖਰੀ ਵੇਲੇ, ਅਤੇ ਮੈਂ ਦਰਸ਼ਕਾਂ ਨੂੰ ਇਹੀ ਕਹੂੰਗਾ ਵੀ ਜੋ ਵੀ ਇਸ ਵੇਲੇ ਜਸ ਟੀਵੀ ਸੁਣ ਰਿਹਾ ਜਿੰਨੇ ਵੀ ਸਰੋਤੇ ਆ ਤੁਸੀਂ ਜ਼ਰੂਰ ਆ ਸਕਦੇ ਹੋ। ਸਿਰਫ ਅਤੇ ਸਿਰਫ ਆਪਣੀ ਇਹੀ ਕੰਡੀਸ਼ਨ ਹੋਊਗੀ ਕਿ ਆਪਾਂ ਨੂੰ ਥੋੜ੍ਹੇ ਬੰਦੇ ਜਿਹੜੇ ਲਿਮਿਟਡ ਬੰਦੇ ਆ ਜਿੰਨੇ ਵੀ ਆਪਾਂ ਸਪੇਸ ਰੱਖ ਕੇ ਬੈਠ ਸਕਦੇ ਉਨੇ ਬੈਠਾਂਗੇ, ਬਾਕੀਆਂ ਨੂੰ ਵਾਰੋ ਵਾਰੀ ਰੋਟੇਟ ਕਰਾਂਗੇ ਕਿ ਤੁਸੀਂ ਥੋੜ੍ਹੇ ਜਣੇ ਬਾਹਰ ਚਲੇ ਜਾਓ ਬਾਕੀ ਥੋੜ੍ਹੇ ਅੰਦਰ ਆ ਜਾਓ, ਜਿੱਦਾਂ ਵੀ ਕਰਕੇ ਆਪਾਂ ਇਹ ਸਾਡਾ ਜਿਹੜਾ ਲੋਸ ਹੈ ਤਾਂ ਬਹੁਤ ਵੱਡਾ, ਲੇਕਿਨ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਜਿੰਨੇ ਵੀ ਉਹਨਾਂ ਨੂੰ ਪਿਆਰ ਕਰਦੇ ਨੇ ਜਾਂ ਉਹਨਾਂ ਦੇ ਜਾਣੇ ਵਾਲੇ ਨੇ ਉਹ ਜ਼ਰੂਰ ਆਖਰੀ ਸਮੇਂ 'ਤੇ ਉਹਨਾਂ ਦਾ ਦਰਸ਼ਨ ਕਰ ਸਕਣ। ਜੀ ਜਿੰਮੀ ਜੀ ਫੋਨ ਨੰਬਰ ਇੱਕ ਵਾਰ ਆਪਣਾ ਫੇਰ ਦੱਸ ਦਿਓ, ਉਦੋਂ ਥੋੜ੍ਹਾ ਸਾਫ਼ ਨਹੀਂ ਸੀ ਆਇਆ ਗਈਆਂ ਕੋਲ ਨਹੀਂ ਹੁੰਦਾ ਫੋਨ ਨੰਬਰ ਤੁਹਾਡਾ। ਜੀ ਮੇਰਾ ਫੋਨ ਮੇਰਾ ਲੋਕਲ ਫੋਨ ਨੰਬਰ ਹੈ ਜੀ 317-538-5385, ਔਰ ਤੁਸੀਂ ਜੇ ਨਹੀਂ ਵੀ ਕਿਤੋਂ ਮਿਲਦਾ ਜਿਹੜਾ ਸਾਡੇ ਚੈਨਲ ਦਾ ਨੰਬਰ ਥੱਲੇ ਆ ਰਿਹਾ ਤੁਸੀਂ ਉੱਥੇ ਵੀ ਕੰਟੈਕਟ ਕਰ ਸਕਦੇ ਹੋ, ਉਹ ਵੀ ਤੁਹਾਨੂੰ ਮੇਰਾ ਨੰਬਰ ਦੇ ਦੇਣਗੇ, ਲੇਕਿਨ ਫਿਰ ਵੀ ਆਪਾਂ ਲੋਕਲ ਆ ਇੱਥੇ ਤੁਸੀਂ ਜ਼ਰੂਰ ਕਾਲ ਕਰ ਸਕਦੇ ਹੋ। ਜੀ ਜਿੰਮੀ ਜੀ ਦੁੱਖ ਦੀ ਘੜੀ ਆ ਅਤੇ ਇਹਦੇ ਵਿੱਚ ਜਿੱਥੇ ਇੱਕ ਬੰਨੇ ਆਪਾਂ ਆਪਣੇ ਜੱਜ ਪਰਿਵਾਰ ਸਾਡਾ ਚੈਨਲ ਦਾ 14ਵੀਂ ਵਰ੍ਹੇ ਗੰਢ ਆ ਉਹਦੇ ਵਿੱਚ ਹੀ ਜਿੱਥੇ ਸਾਡੇ ਪਰਿਵਾਰ ਦੇ ਉਸ 14 ਵਰ੍ਹਿਆਂ ਦੇ ਵਿੱਚ
ਸਾਡਾ ਪਰਿਵਾਰ ਦਾ ਹਿੱਸਾ ਬਣੇ ਨੇ, ਕਾਫੀ ਉਹਨਾਂ ਦਾ ਯੋਗਦਾਨ ਰਿਹਾ ਆ ਜਸ ਪਰਿਵਾਰ ਦੇ ਵਿੱਚ, ਤੇ ਸਾਡਾ ਇਹ ਫਰਜ਼ ਬਣਦਾ ਸੀ ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ ਤੇ ਦਰਸ਼ਕਾਂ ਤੱਕ ਇਹ ਖਬਰ ਪਹੁੰਚਾਉਣ ਦਾ ਕਿ ਅੱਜ ਸਾਡੇ ਸਾਡੇ ਪਰਿਵਾਰ ਦੇ ਸੀਨੀਅਰ ਸਦੱਸ ਇੱਕ ਜਿਹੜੇ ਸੀਗੇ ਉਹ ਸਾਡੇ ਵਿੱਚ ਅੱਜ ਨਹੀਂ ਰਹੇ ਆ, ਤੇ ਉਹਨਾਂ ਨੂੰ ਅਸੀਂ ਵੀ ਪ੍ਰਣਾਮ ਕਰਦੇ ਹਾਂ ਜੀ। ਅਸੀਂ ਵੀ ਅਸੀਂ ਆਪਣਾ ਬਹੁਤ ਕੋਸ਼ਿਸ਼ ਸੀਗੀ ਕਿ ਜਿਹੜੀ ਇਹਨਾਂ ਦੀ ਇਨਫੋਰਮੇਸ਼ਨ ਹੈ ਉਹ ਰਿਕਾਰਡ ਕੀਤੀ ਜਾਵੇ, ਲੇਕਿਨ ਇਹ ਦੁੱਖ ਸੁੱਖ ਦੇ ਨਾਲ ਪਰਮਾਤਮਾ ਦਾ ਜਿਹੜਾ ਦਿੱਤਾ ਹੋਇਆ ਸਮਾਂ ਆ ਉਹ ਆਪਾਂ ਵਧਾ ਘਟਾ ਨਹੀਂ ਸਕਦੇ। ਉਹਦੇ ਨਾਲ ਆਪਣੀਆਂ ਬਹੁਤ ਰੀਝਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਉਹ ਵਿੱਚ ਰਹਿ ਗਈਆਂ, ਜਿਹੜੀਆਂ ਮੈਂ ਖੁਦ ਚਾਹੁੰਦਾ ਹੁੰਦਾ ਸੀ ਕਿ ਇੱਕ ਡਾਕੂਮੈਂਟਰੀ ਬਣਾਈ ਜਾਵੇ ਇਹਨਾਂ 'ਤੇ, ਇਹਨਾਂ ਤੋਂ ਪੁੱਛਿਆ ਜਾਵੇ ਕਿ ਉਹਨਾਂ ਦੀ ਬਹੁਤ ਲਾਈਫ ਲੰਬੀ ਸੀ, ਬਹੁਤ ਸਟਰਗਲ ਕੀਤਾ ਉਹਨਾਂ ਨੇ, ਲੇਕਿਨ ਉਹ ਚੀਜ਼ਾਂ ਵਿੱਚ ਰਹਿ ਗਈਆਂ। ਹੁਣ ਵੀ ਆਪਾਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦੇ ਯਾਰ ਦੋਸਤਾਂ ਨੂੰ ਲੈ ਕੇ ਜਾਂ ਕੋਈ ਡਾਕੂਮੈਂਟਰੀ ਜਾਂ ਕੋਈ ਇੱਦਾਂ ਦੀ ਚੀਜ਼ ਬਣਾਈ ਜਾਵੇ, ਕਿਉਂਕਿ ਜਦੋਂ ਵੀ ਆਪਾਂ ਉਹਨਾਂ ਨੂੰ ਮਿਲਦੇ ਸੀ ਉਹਨਾਂ ਦੀ ਲਾਈਫ ਤੋਂ ਹਰ ਵੇਲੇ ਇੰਪ੍ਰੈਸ ਹੁੰਦਾ ਸੀ, ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਸੀ ਜੀ। ਜਿੰਮੀ ਜੀ ਬਹੁਤ ਬਹੁਤ ਸ਼ੁਕਰੀਆ, ਤੇ ਬ੍ਰੇਕ ਦਾ ਟਾਈਮ ਹੋ ਚੱਲਿਆ ਵਾ, ਤੇ ਬਹੁਤ ਬਹੁਤ ਸ਼ੁਕਰੀਆ, ਤੇ ਫਿਰ ਅਗਲੇ ਪ੍ਰੋਗਰਾਮ 'ਚ ਵੀ ਦੇਵਾਂਗੇ ਆਪਾਂ ਹੋਰ ਜਾਣਕਾਰੀ। ਤਾਂ ਦਰਸ਼ਕੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ, ਤੇ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਤੁਹਾਡਾ ਬ੍ਰੇਕ ਤੋਂ ਬਾਅਦ। ਤੇ ਜੇ ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਸਕਦੇ ਹੋ, ਬਣਨਾ ਚਾਹੁੰਦੇ ਹੋ ਤੇ ਬਣ ਵੀ ਸਕਦੇ ਹੋ, ਤੇ ਥੱਲੇ ਲਿਖੇ ਨੰਬਰ ਜਿਹੜਾ ਐਡਰੈਸ ਜਾਂ ਕੀ ਕਹਿੰਦੇ ਨਿਕ ਜੈਕਟ ਜਸਟ ਬ੍ਰੋਡਕਾਸਟਿੰਗ ਦੇ ਉੱਪਰ ਸਾਡੇ ਨਾਲ ਸੰਪਰਕ ਕਰ ਸਕਦੇ ਹੋ, ਜਾਂ ਫਿਰ info@jasbroadcasting ਦੇ ਉੱਪਰ ਸਾਡੇ ਨਾਲ ਸੰਪਰਕ ਕਰਕੇ ਤੇ ਜਸ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ। ਇਹਦੇ ਵਿੱਚ 14ਵੀਂ ਬਰੇ ਗੰਢ ਸਾਡੀ ਅੱਜ ਚੱਲ ਰਹੀ ਆ, ਤੇ 14ਵੇਂ ਸਾਲ ਦੀ ਉਮਰ ਦੇ ਵਿੱਚ ਪੈਰ ਪਾ ਲਿਆ ਜਸ ਪਰਿਵਾਰ ਨੇ, ਤੇ 14 ਸਾਲ ਤੋਂ ਕਮਿਊਨਿਟੀ ਦੀ ਸੇਵਾ ਕਰ ਰਿਹਾ ਵਾ ਜਸ ਪਰਿਵਾਰ, ਜਸ ਚੈਨਲ ਤੇ ਵਧਾਈਆਂ ਦਾ ਪਾਤਰ ਆ ਜਸ ਪਰਿਵਾਰ। ਤੇ ਤੁਸੀਂ ਵੀ ਜੇ ਵਧਾਈਆਂ ਦੇਣਾ ਚਾਹੁੰਦੇ ਹੋ ਤੇ ਸਾਨੂੰ ਦੇ ਸਕਦੇ ਹੋ ਥੱਲੇ ਲਿਖੇ ਫੋਨ ਨੰਬਰ ਦੇ ਉੱਪਰ, ਉੱਦਾਂ ਸਾਨੂੰ ਬਹੁਤ ਮੈਸੇਜ ਆ ਰਹੇ ਨੇ, ਬਹੁਤ ਸਾਰੀਆਂ ਸਾਨੂੰ ਵੀਡੀਓ ਬਣਾ ਬਣਾ ਕੇ ਆ ਰਹੀਆਂ ਨੇ ਕਿ ਬਹੁਤ ਬਹੁਤ ਵਧਾਈਆਂ ਹੋਣ ਜਸ ਪਰਿਵਾਰ ਨੂੰ, ਤੇ ਤੁਹਾਡੇ ਸਾਰੇ ਪ੍ਰੋਗਰਾਮ ਬੜੇ ਸੋਹਣੇ ਹੁੰਦੇ ਨੇ, ਬੜੇ ਚੰਗੇ ਹੁੰਦੇ ਨੇ, ਬੜੇ ਸਜੱਜੇ ਹੁੰਦੇ ਨੇ। ਤੇ ਮੈਂ ਦਰਸ਼ਕੋ ਦੱਸਾਂ ਵੀ ਅੱਜ ਨਿਕ ਗਿਆ ਸੀਗਾ, ਉਹ ਟੀਕਾ ਲਵਾਉਣ ਗਿਆ ਸੀ, ਆਇਆ ਨਹੀਂ, ਲੇਟ ਹੋ ਗਿਆ, ਤੇ ਮੇਰੀ ਡਿਊਟੀ ਲਾ ਤੀ ਉਹਨੇ, ਇਸੇ ਚੱਕਰ 'ਚ ਥੋੜ੍ਹਾ ਅੱਜ ਲੇਟ ਵੀ ਹੋਏ ਹਾਂ, ਤੇ ਕੋਈ ਗੱਲ ਨਹੀਂ ਆ, ਉਹਨੇ ਚਿਰ ਦੇ ਵਿੱਚ ਹੀ ਤੁਹਾਨੂੰ ਅਸੀਂ ਪੂਰਾ ਜਿੰਨੀ ਵੀ ਇਨਫੋਰਮੇਸ਼ਨ ਹੈਗੀ ਆ ਦੇਵਾਂਗੇ। ਤੇ ਮੇਰੇ ਨਾਲ ਅੱਜ ਜੁੜੇ ਨੇ ਰਣਜੀਤ ਬੇਗੋਵਾਲ। ਆ ਪੁੱਤਰ ਰਣਜੀਤ ਬੇਗੋਵਾਲ, ਤੇਰਾ ਬਹੁਤ ਬਹੁਤ ਸਵਾਗਤ ਆ ਅੱਜ ਸਾਡੀ 14ਵੀਂ ਬਰੇ ਗੰਢ ਦੇ ਉੱਤੇ, ਤੇ ਫਿਰ ਤੂੰ ਸਾਡੇ ਨਾਲ, ਸਾਡੇ ਪਰਿਵਾਰ ਦਾ ਇੱਕ ਹਿੱਸਾ ਤੂੰ ਬਣਿਆ ਇਸ 14ਵੇਂ ਸਾਲ ਦੇ ਵਿੱਚ। ਸਤਿ ਸ੍ਰੀ ਅਕਾਲ ਜੀ ਸਾਰੇ ਜਸ ਪੰਜਾਬੀ ਟੀਵੀ ਵੇਖਣ ਵਾਲੇ, ਸੁਣਨ ਵਾਲੇ ਤੇ ਸਮੂਹ ਪੰਜਾਬੀ ਜਸ ਪੰਜਾਬੀ ਟੀਮ ਨੂੰ, ਰਣਜੀਤ ਬੇਗੋਵਾਲ ਵੱਲੋਂ ਤੇ ਸਾਰੇ ਹੀ ਆਪਣੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਆਦਾਬ ਤੇ ਬਹੁਤ ਬਹੁਤ ਮੁਬਾਰਕਾਂ ਦੇਣਾ ਵਾ ਜੀ। ਤੇ ਅੱਜ ਦਾ ਬਹੁਤ ਹੀ ਭਾਗਾਂ ਵਾਲਾ ਦਿਨ ਹੈ, ਅੱਜ ਦੇ ਦਿਨ ਹੀ ਮਤਲਬ ਕਿ ਸਾਡੇ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜਿਹਨਾਂ ਦੀ ਅੱਜ ਜਯੰਤੀ ਵੀ ਹੈ, ਉਹਨਾਂ ਦੇ ਜਨਮ ਦਿਹਾੜੇ ਦੀਆਂ ਜਿੱਥੇ ਲੋਕ ਖੁਸ਼ੀਆਂ ਮਨਾ ਰਹੇ ਨੇ, ਆਪਾਂ ਆਪਣੀ ਐਨੀਵਰਸਰੀ ਮਨਾ ਰਹੇ ਹਾਂ 14ਵੀਂ ਵਰੇਗੰਢ। ਮੈਂ ਕਹਿੰਦਾ ਵੀ ਛਾ ਗਿਆ ਜੀ ਜਸ ਪੰਜਾਬੀ, ਮੈਂ ਕਿਹਾ ਵੀ ਮੈਨੂੰ ਇੰਨੇ ਕੁ ਫੋਨ ਆਏ ਨੇ ਸਵੇਰ ਦੇ, ਮੈਨੂੰ ਕੋਈ ਘੱਟੋ ਘੱਟ 40-50 ਫੋਨ ਆਏ ਹੋਣੇ ਕੈਨੇਡਾ ਤੋਂ, ਆਪਣਾ ਪੂਰੇ ਅਮੈਰੀਕਾ ਦੇ ਵਿੱਚ, ਕੈਲੀਫੋਰਨੀਆ ਤੋਂ, ਹਰ ਥਾਂ ਤੋਂ, ਕਿ ਵੀ ਅੱਜ 14ਵੀਂ ਵਰੇਗੰਢ ਜਸ ਪੰਜਾਬੀ ਵਾਸਤੇ। ਤੇ ਮੈਂ ਆਪਣੇ CEO ਸਾਹਿਬ, ਆਪਣੇ ਪੈਨੀ ਸੰਧੂ ਜੀ ਤੇ ਦੀਪਕ ਭਾਜੀ ਤੇ ਨਿਕ ਬਾਟ ਸਾਹਿਬ ਤੇ ਸਾਰੇ ਹੀ ਜਿੰਨੇ ਵੀ ਟੀਮ ਵਰਕਰ ਨੇ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਦੀ ਇੰਨੇ ਲੰਮੇ ਸਮੇਂ ਤੋਂ ਸੇਵਾ ਕੀਤੀ ਹੈ। ਇਹ ਚੈਨਲ ਜਿਹੜਾ ਮਤਲਬ ਕਿ ਇਕੱਲਾ ਕੈਨੇਡਾ ਅਮੈਰੀਕਾ ਚ ਹੀ ਨਹੀਂ ਵੇਖਿਆ ਜਾ ਰਿਹਾ, UAE ਚ ਤੇ UK ਵਿੱਚ ਵੀ ਆਪਣਾ ਇਹ ਆਪਣਾ ਬੁਲੰਦੀਆਂ ਦਾ ਝੰਡਾ ਗੱਡ ਰਿਹਾ। ਇੰਨੀ ਸੇਵਾ ਮਤਲਬ ਕਿ ਜਿੱਥੇ ਪੋਹ ਦੀਆਂ ਰਾਤਾਂ ਵਿੱਚ ਕਿਸਾਨ ਜਿਹੜੇ ਨੇ ਸੜਕਾਂ ਦੇ ਉੱਤੇ ਬੈਠੇ ਜਾ ਕੇ ਆਪਣਾ ਸੰਘਰਸ਼ ਕਰ ਰਹੇ ਨੇ, ਪ੍ਰੋਟੈਸਟ ਕਰ ਰਹੇ ਨੇ, ਉੱਥੇ ਸਾਡੇ ਚੈਨਲ ਦੇ ਜਿਹੜੇ ਰਿਪੋਰਟਰ ਵੀ ਜਾ ਕੇ ਉੱਥੇ ਉਹਨਾਂ ਦਾ ਪੂਰਾ ਸਾਥ ਦੇ ਰਹੇ ਨੇ, ਮਿੰਟ ਮਿੰਟ ਦੀ ਕਵਰੇਜ ਲੈ ਰਹੇ ਨੇ। ਮੈਂ ਕਹਿੰਦਾ ਵੀ ਧੰਨ ਹੈ ਜੀ
जस पंजाबी की सेवा मैं जे कोई एडी वड्डी सेवा होर कोई चैनल नहीं कर सकता भी दिन रात एक कर रहे ने साडे सारे वर्कर मैं सारे नूं बधाइयां देना हाँ बहुत ही बहुत परमात्मा इस चैनल नूं दिन दुगनी ते रात चुगनी अपना तरक्कियां बख्शे ते बाड़ साहब प्रोग्राम दिल दीआं गल्लां मेरे ख्याल दे विच लोकां दे दिलां दे विच घर घर गया जी बहुत ही खूबसूरत प्रोग्राम पेश हो रहा ते बाड़ साहब दे पापा जी जिहड़े ने मतलब कि मैं कहना भी कमाल ही कर दित्ती है तुसीं जी ओह मैं कहा पुत मैं मैनू कहिंदा सी पापा जी तुसीं कर लोगे मैं कहा कर लांगे क्यों नहीं कर लांगे मैं कहा बाठ दा प्यो भी बाठ ते मैं दसा पुत ना जिथे मैनू ना भुल गया है मैनू दस के भी गया ही पतंदर भी ना लैना ही अपनी पैमी भैन का दूजा अपना सारियां दा ते साडी धी जिहड़ी आ जाके उत्थे बार्डर ते अशमिता ने सेवा जिहड़ी कीती आ जिदा कि जिथे आपां देखदे सीगे भी जिथे अपने पत्रकार वीर सीगे उत्थे साडी धी ने भी पूरा योगदान एक एक मिसाल कायम कीती उत्थे जाके मोढे नाल मोढा ला के किसानां दे जिहड़ा आहा सीगा दित्ता मैं उदों उत्थे ही सीगा इंडिया च मैं भी उत्थे गया हीगा ते मैं वेख्या ही उन्हां नूं ते हुण इत्थे आ के भी वेखांगे मिलांगे ते मैं सारिआं नूं दिंदा वां बधाइयां अपने वल्लों भी ते मैं निक वल्लों भी मेरे वल्लों बधाइयां लै लो ते रविदास जी हुणां दी जे आपां गल करदे आ गुरु रविदास जी जिन्हां दी जयंती जन्म दिहाड़ा मनाया कल गुरु घर मैं भी गया हीगा ते बड़ी कीती सेवा बड़े करदे ने बड़े सच्चे तरीके नाल मैं तां वेख के बे हैरान रह गया वा ते मैं गया ही गुरु नानक सिख सोसाइटी तां फिलाडेल्फिया सिख सोसाइटी तो मैं गुरु घर च मैं मत्था टेकिया ते मैं वेख्या भी इदा का तो उन्हों मुल्खां च साढ़े इदा नहीं मनाते गुरु घर के बच्चे जिदा इतने मनाते ने तो ताे भी मनाया होना वा व मैं दसा दर्शकों कि अपने गुरु रविदास जी जे अपने साढ़े गुरुआं दे बेच ही गुरुआं दी गुरबाणी दे बेच साढ़े गुरु ग्रंथ साहब जी महाराज दे बेच दर्ज ने उन्हां दियां लिखियां हुई ते उहदे बेच आपां जदों मत्था टेकदे हां गुरु घर जा के गुरु ग्रंथ साहब नूं तां उहदे बेच जदों आपां मत्था टेकदे हां ते उहदे बेच गुरु रविदास जी भी उत्थे हुंदे ने उहनां नूं भी आपां मत्था टेकदे हां बिल्कुल जी बाट साहब जिहड़ा प्रकाश है ओह गुरु ग्रंथ साहब जी दा गुरु ग्रंथ साहब दे बेच जिथे अपने गुरुआं गुरु साहिबान दी बाणी दर्ज है उत्थे भगत अपने भगतां दी बाणी भी है भगत पीपा जी भगत धन्ना जी धन्ना जट जिहड़े उहनां दी बाणी है उत्थे ही भगत रविदास जी बारे असीं ते बड़े तुश हां उहनां दी जिहड़े उहनां दा साहित है उहनां दीआं जिहड़ियां रचनावां ने उहनां दीआं जिहड़ियां लिखतां ने ਉਹ ਬਹੁਤ ਹੀ ਉਹਨਾਂ ਨੇ ਬਹੁਤ ਹੀ ਉਹਨਾਂ ਦੇ ਵਿੱਚ ਗਿਆਨ ਹੈ ਤੇ ਉਹਨਾਂ ਦਾ ਜਿਹੜਾ ਜਿਹੜੀ ਉਹਨਾਂ ਦੀ ਵਡਿਆਈ ਹੈ ਉਹ ਮਤਲਬ ਕਿ ਸਮੁੱਚੇ ਜਗਤ ਨੂੰ ਉਹਨਾਂ ਦੀ ਜੋ ਦੇਣ ਹੈ ਜੋ ਉਹਨਾਂ ਨੇ ਸਾਨੂੰ ਦੇ ਕੇ ਜੋ ਸਾਨੂੰ ਦਿਸ਼ਾ ਦ੍ਰਿਸ਼ਟੀ ਉਹਨਾਂ ਦੀਆਂ ਰਚਨਾਵਾਂ ਸਾਨੂੰ ਦਿੰਦੀਆਂ ਨੇ ਅਸੀਂ ਕਹਿੰਦੇ ਹਾਂ ਵੀ ਅਸੀਂ ਭਾਗਾਂ ਵਾਲੇ ਹਾਂ ਵੀ ਸਾਡੀ ਕੌਮ ਦੇ ਵਿੱਚ ਸਾਡੀ ਸਿੱਖ ਕੌਮ ਦੇ ਵਿੱਚ ਇਹੋ ਜਿਹੇ ਗੁਰੂ ਸਾਹਿਬਾਨ ਹੋਏ ਨੇ ਕਿ ਜਿਹਨਾਂ ਦਾ ਮਤਲਬ ਕਿ ਅਸੀਂ ਜਿੰਨੀ ਉਸਤਤ ਕਰ ਸਕੀਏ ਉਨੀ ਘੱਟ ਹੈ ਭਗਤ ਰਵਿਦਾਸ ਜੀ ਮਹਾਰਾਜ ਜੀ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਦਾ ਜੀਵਨ ਹੈ ਜਿਹੜਾ ਉਹ ਇਹ ਸੀ ਕਿ ਉਹ ਮਤਲਬ ਕਿ ਉਹਨਾਂ ਦਾ ਪੇਸ਼ੇ ਵਜੋਂ ਉਹ ਮਤਲਬ ਕਿ ਇੱਕ ਆਪਣਾ ਨਾ ਕਿ ਜੁੱਤੀਆਂ ਦਾ ਜਿਹੜਾ ਆਪਣਾ ਕੰਮ ਕਰਨ ਵਾਲੇ ਸੀ ਇੰਨੀ ਨਿਮਰਤਾ ਔਰ ਇੰਨੀ ਸਾਦਗੀ ਵਾਲਾ ਜੀਵਨ ਉਹ ਬਤੀਤ ਕਰ ਗਏ ਨੇ ਮੈਨੂੰ ਜਿੱਥੇ ਇੱਕ ਗੱਲ ਸੁਣਨ ਵਿੱਚ ਆਈ ਸੀ ਕਿ ਇੱਕ ਵਾਰੀ ਭਗਵਾਨ ਜੀ ਮਹਾਰਾਜ ਉਹਨਾਂ ਦੇ ਘਰ ਆਪ ਆ ਗਏ ਤੇ ਭਗਵਾਨ ਜੀ ਮਹਾਰਾਜ ਨੇ ਉਹਨਾਂ ਨੂੰ ਉਹਨਾਂ ਦੀ ਸੇਵਾ ਭਾਵਨਾ ਦੇਖੀ ਤੇ ਭਾਵਨਾ ਵੇਖ ਕੇ ਉਹਨਾਂ ਦੇ ਮਤਲਬ ਕਿ ਉਹਨਾਂ ਨੂੰ ਇੱਕ ਨਾ ਆਪਣਾ ਬੜੇ ਖੁਸ਼ ਹੋਏ ਤੇ ਉਹਨਾਂ ਦੀ ਗਰੀਬੀ ਦੇਖ ਕੇ ਵੀ ਏਡਾ ਵਧੀਆ ਮਤਲਬ ਕਿ ਇਨਸਾਨ ਹੈ ਏਡਾ ਵਧੀਆ ਰੱਬ ਦਾ ਪਿਆਰਾ ਹੈ ਤੇ ਇਹਨੂੰ ਅਸੀਂ ਮੈਂ ਕੁਝ ਦੇ ਕੇ ਜਾਵਾਂ ਤੇ ਭਗਵਾਨ ਜੀ ਮਹਾਰਾਜ ਨੇ ਉਹਨਾਂ ਨੂੰ ਪਾਰਸ ਦੇ ਦਿੱਤਾ ਤੇ ਉਹ ਪਾਰਸ ਦੇ ਦਿੱਤਾ ਤੇ ਤੁਸੀਂ ਹਿਸਾਬ ਲਾਓ ਵੀ ਉਹਨਾਂ ਨੂੰ ਪਰਮਾਤਮਾ ਨਾਲ ਇੰਨਾ ਕੁ ਪਿਆਰ ਸੀ ਕਿ ਉਹਨਾਂ ਨੇ ਉਹ ਪਾਰਸ ਜਿਹੜਾ ਹੁੰਦਾ ਹੈ ਉਹ ਕਹਿੰਦੇ ਨੇ ਵੀ ਉਹ ਕਹਿ ਕੇ ਮਤਲਬ ਕਿ ਪਾਰਸ ਜਿਹੜਾ ਹੁੰਦਾ ਜਿਸ ਚੀਜ਼ ਨੂੰ ਲਾਏ ਉਹ ਸੋਨਾ ਕਰ ਦਿੰਦਾ ਤੇ ਉਹਨਾਂ ਨੇ ਕਿਹਾ ਵੀ ਇਸ ਆਉਣ ਜਾਣ ਵਾਲੇ ਜਿਹੜੇ ਲੋਕ ਨੇ ਸੰਗਤ ਤੇ ਸੇਵਾ ਹੈ
ਉਹਨਾਂ ਦੀ ਵੱਧ ਤੋਂ ਵੱਧ ਸੇਵਾ ਕਰਨਗੇ। ਤੇ ਭਗਤ ਜੀ ਮਹਾਰਾਜ ਜੀ ਉਹ ਰੱਬ ਨਾਲ ਇੰਨਾ ਲਿਵ ਲੱਗੀ ਹੋਈ ਹੈ, ਉਹਨਾਂ ਨੂੰ ਨਾ ਕੋਈ ਸੋਨਾ ਨਾ ਕੋਈ ਮੋਤੀ ਨਾ ਕੋਈ ਹੀਰੇ, ਉਹਨਾਂ ਨੂੰ ਕੁਛ ਚਾਹੀਦਾ ਹੀ ਨਹੀਂ ਸੀ। ਤੇ ਇੱਕੋ ਹੀ ਚੀਜ਼ ਚਾਹੀਦੀ ਸੀ, ਉਹ ਸੀ ਪਰਮਾਤਮਾ ਦਾ ਸਿਮਰਨ। ਤੇ ਇੰਨੀ ਜ਼ਿਆਦਾ ਨਿਮਾਨਤਾ ਸੀ ਉਹਨਾਂ ਨੇ, ਉਹ ਪੱਥਰ ਜਿਹੜਾ ਹੈ ਉਹ ਆਪਣੀ ਛੱਤ ਦੇ ਵਿੱਚ ਇੱਕ ਝੁੱਗੀ ਸੀ ਜਿਨ੍ਹਾਂ ਦੇ ਵਿੱਚ ਰਹਿੰਦੇ ਸੀ, ਉਹ ਉਹਦੇ ਉਹਦੇ ਵਿੱਚ ਰੱਖ ਛੱਡਿਆ। ਤੇ ਜਦੋਂ ਦੁਬਾਰਾ ਭਗਵਾਨ ਜੀ ਮਹਾਰਾਜ ਲੰਘਦੇ ਵੜਦੇ ਉੱਥੇ ਆਏ ਤੇ ਉਹਨਾਂ ਨੇ ਦੇਖਿਆ ਵੀ ਉਹ ਤੇ ਮਤਲਬ ਕਿ ਪੱਥਰ ਤੇ ਉੱਥੇ ਦਾ ਉੱਥੇ ਟੰਗੇ ਆ, ਤੇ ਉਹਨਾਂ ਦਾ ਗਰੀਬੀ ਜੀਵਨ ਉਵੇਂ ਦਾ ਉਵੇਂ ਹੀ ਹੈ। ਤੇ ਇਹ ਜਿਹੜੀਆਂ 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 ਮਤਲਬ ਕਿ ਹੁੰਦੀਆਂ ਨੇ ਜਿਹੜੀਆਂ ਜਿਹੜੇ ਮਤਲਬ ਕਿ ਇਨਸਾਨ ਦੇ ਵਿੱਚ ਇਹੋ ਜਿਹੀ ਜਿਹੜੀ ਭਾਵਨਾਵਾਂ ਹੁੰਦੀਆਂ ਨੇ, ਇਹੋ ਜਿਹੀ ਜਿਹੜੀ ਸੋਚ ਹੁੰਦੀ ਹੈ, ਇਹ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਵੀ ਇਹੀ ਸਾਡੇ ਨਾਲ ਵਿਚਾਰ ਸੀ। ਉਹਨਾਂ ਦਾ ਵੀ ਸਾਨੂੰ ਪੰਜ ਜਿਹੜੇ ਜਿਹੜੇ ਹੈਗੇ ਨੇ ਦੁਸ਼ਮਣ ਇਨਸਾਨ ਦੇ, ਉਹਨਾਂ ਤੋਂ ਰਹਿਤ ਰਹਿਣ ਵਾਸਤੇ ਉਹਨਾਂ ਨੇ ਵੀ ਸਾਨੂੰ ਇਹੀ ਕਿਹਾ ਸੀ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗ ਕੇ ਹੀ ਤੁਸੀਂ ਪਰਮਾਤਮਾ ਨੂੰ ਮਤਲਬ ਕਿ ਮਿਲ ਸਕਦੇ ਹੋ, ਪਾ ਸਕਦੇ ਹੋ। ਪਰਮਾਤਮਾ ਸਾਡੇ ਅੰਦਰ ਹੀ ਹੁੰਦਾ, ਨਾ ਕਿ ਜੰਗਲਾਂ ਵਿੱਚ ਹੁੰਦਾ, ਕਿਧਰੇ ਨਹੀਂ ਹੁੰਦਾ। ਤੇ ਭਗਤ ਰਵਿਦਾਸ ਜੀ ਉਹਨਾਂ ਦੇ ਹੀ ਕਰਮਾਂ ਤੇ ਚੱਲਦੇ ਹੋਏ ਸੀ, ਤੇ ਉਹਨਾਂ ਨੇ ਲੋਭ ਨੂੰ ਤਿਆਗਿਆ, ਨਾ ਸੋਨੇ ਦੀ ਪਰਵਾਹ ਕੀਤੀ, ਨਾ ਚਾਂਦੀ ਦੀ, ਨਾ ਹੀਰੇ ਮੋਤੀਆਂ ਦੀ, ਤੇ ਸਿਰਫ ਪਰਮਾਤਮਾ ਦਾ ਸਿਮਰਨ ਕਰਦੇ ਰਹੇ ਤੇ ਨਾਮ ਜਪਦੇ ਰਹੇ ਤੇ ਲੋਕਾਂ ਦੀ ਸੇਵਾ ਕਰਦੇ ਰਹੇ। ਬਹੁਤ ਹੀ ਵੱਡੇ ਸਮਾਜ ਸੇਵੀ ਰਹੇ ਨੇ। ਅਸੀਂ ਉਹਨਾਂ ਦੀ ਅੱਜ ਜਨਮ ਦਿਨ ਦਿਹਾੜੇ ਦੇ ਉੱਤੇ ਸਾਰੇ ਹੀ ਸਮੂਹ ਗੁਰੂ ਰਾਮਦੇਵ ਮਹਾਰਾਜ ਜੀ ਦੇ ਨਾਮ ਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਭਾਗਾਂ ਵਾਲੇ ਹਾਂ ਅਸੀਂ, ਸਾਡੀ ਕੌਮ ਦੇ ਵਿੱਚ ਐਡੇ ਐਡੇ ਮਹਾਰਥੀ ਜਿਹੜੇ ਹੋਏ ਨੇ, ਜਿਨ੍ਹਾਂ ਨੇ ਮਤਲਬ ਕਿ ਸਾਡੀ ਕੌਮ ਨੂੰ ਬਹੁਤ ਹੀ ਮਤਲਬ ਕਿ ਦੂਜੀਆਂ ਕੌਮਾਂ ਨਾਲੋਂ ਇੱਕ ਵੱਖਰਾ ਇੱਕ ਆਪਣਾ ਮੁਕਾਮ ਦਿੱਤਾ ਹੈ, ਇੱਕ ਵੱਖਰੀ ਪਹਿਚਾਣ ਦਿੱਤੀ ਹੈ। ਅਸੀਂ ਬਹੁਤ ਬਹੁਤ ਰਹਿੰਦੀ ਹਾਂ। ਤਾਂ ਮੇਰੀ ਗੱਲ ਸੁਣ, ਇਹ ਗੱਲ ਤੇ ਠੀਕ ਆ ਜਿਹੜੀ ਤੂੰ ਕਰਦਾ ਵਾ, ਵੀ ਬੜੀ ਜਾਣਕਾਰੀ ਦੇ ਛੱਡੀ ਆ ਤੇ ਦੇਣੀ ਵੀ ਸੀਗੀ ਕਿ ਕਈਆਂ ਨੂੰ ਸਾਡੇ ਜਿਹੜੇ ਨਵੇਂ ਆ ਉਹਨਾਂ ਨੂੰ ਨਹੀਂ ਵੀ ਪਤਾ। ਇੱਕੋ ਇੱਕ ਗ੍ਰੰਥ ਹੈ ਦੁਨੀਆ ਦੇ ਉੱਤੇ ਗੁਰੂ ਗ੍ਰੰਥ ਸਾਹਿਬ, ਜਿਹਦੇ ਵਿੱਚ ਵੱਖਰੇ ਵੱਖਰੇ ਜਿੰਨੇ ਵੀ ਭਗਤ ਹੋਏ ਨੇ, ਤੇ ਜਿੱਥੇ ਗੁਰੂਆਂ ਦੀ ਬਾਣੀ ਹੈ ਉੱਥੇ ਭਗਤਾਂ ਦੀ ਬਾਣੀ ਵੀ ਹੈ, ਜਿਹਦੇ ਵਿੱਚ ਤੁਸੀਂ ਨਾਂ ਕਾਫੀ ਵੀ ਦੱਸ ਦਿੱਤੇ ਨੇ ਸਾਡੇ ਦਰਸ਼ਕਾਂ ਨੂੰ। ਤੇ ਇੱਕ ਇੱਕ ਫਕਰ ਇੱਕ ਜੋ ਜਿੱਦਾਂ ਮੈਂ ਕਿਹਾ ਕਿ ਮੈਂ ਗੁਰੂ ਘਰ ਕਰ ਲਿਆ ਤੇ ਬੜਿਆ ਮਨ ਬੜਾ ਖੁਸ਼ ਹੋਇਆ ਕਿ ਗੁਰੂ ਘਰ ਦੇ ਵਿੱਚ ਸਾਰੀਆਂ ਹੀ ਸਿੱਖ ਸੰਗਤਾਂ ਸਾਰੀਆਂ ਹੀ ਜਿਹੜੇ ਸਾਡੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਜਿੱਦਾਂ ਜਾਤੀਵਾਦ ਜਾਂ ਕੁਝ ਵੀ ਤੁਸੀਂ ਕਹਿ ਦਿਓ, ਇਹ ਉਹਨਾਂ ਮੁਲਕਾਂ ਦੇ ਵਿੱਚ ਹੈਗਾ ਵਾ। ਮੈਂ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਆਪਾਂ ਆ ਕੇ ਰਹਿੰਦੇ ਹਾਂ, ਮੈਂ ਵੇਖ ਕੇ ਤਾਂ ਪੁੱਤ ਮੈਂ ਤਾਂ ਬੜਾ ਬਾਗੋ ਬਾਗ ਹੋਇਆ। ਤੇ ਤੁਸੀਂ ਵੀ ਇਸੇ ਤਰ੍ਹਾਂ ਹੀ ਹੁਣ ਇੱਧਰੋਂ ਟੱਲੀ ਖੜਕ ਗਈ ਆ ਕਹਿੰਦੇ ਵੀ ਬ੍ਰੇਕ, ਤੇ ਮੈਂ ਕਹਿੰਦਾ ਜੀ ਇੱਦਾਂ ਹੀ ਰਹੋ ਸਾਡੇ ਨਾਲ, ਤੇ ਹੋਰ ਵੀ ਗੱਲਾਂ ਬਾਤਾਂ ਕਰਨੀਆਂ ਨੇ, ਤੇ ਲੈਂਦੇ ਇੱਕ ਛੋਟੀ ਜਿਹੀ ਬ੍ਰੇਕ ਤੇ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ ਦਰਸ਼ਕੋ, ਸਵਾਗਤ ਹੈ ਤੁਹਾਡਾ ਫੇਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਦਿਲ ਦੀਆਂ ਗੱਲਾਂ। ਉਹ ਮੈਂ ਚੇਤਾ ਹੀ ਭੁੱਲ ਗਿਆ ਸੀ, ਫਿਲਾਡੈਲਫੀਆ ਪੈਨਸਲਵੇਨੀਆ ਦੇ ਸਟੂਡੀਓ ਤੋਂ ਤੇ ਤੁਹਾਡਾ ਬਹੁਤ 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 ਸਵਾਗਤ ਆ। ਤੇ ਸਾਡਾ ਜੀ ਅਜੇ ਜਿਹੜਾ 14ਵਾਂ ਸਾਲ ਦਾ ਹੈਗਾ ਵਾ, ਉਹਦੀਆਂ ਵੀ ਬਹੁਤ ਬਹੁਤ ਵਧਾਈਆਂ। ਤੇ ਜੇ ਤੁਸੀਂ ਵੀ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਸਾਨੂੰ ਲਿਖ ਸਕਦੇ ਹੋ ਤੇ ਥੱਲੇ ਨਿਕ ਐਟ ਜਸ ਬਰੋਡਕਾਸਟਿੰਗ ਤੇ ਜਾਂ ਫਿਰ ਇਨਫੋ ਐਟ ਜਸ ਬਰੋਡਕਾਸਟਿੰਗ ਦੇ ਉੱਤੇ ਆ ਕੇ ਤੇ ਤੁਸੀਂ ਸਾਡੇ ਪ੍ਰੋਗਰਾਮ ਦਾ ਹਿੱਸਾ ਬਣ ਕੇ ਤੇ ਤੁਹਾਡਾ ਕੁਝ ਵੀ ਹੈਗਾ ਵਾ ਤੇ ਕੁਝ ਵੀ ਤੁਸੀਂ ਆਪਣਾ ਕੁਛ ਵੀ ਹੈਗਾ ਤਾਂ ਉਹ ਤੁਸੀਂ ਦਿਖਾ ਸਕਦੇ ਹੋ ਪੂਰੀ ਦੁਨੀਆ ਦੇ ਵਿੱਚ। ਮੈਂ ਤਾਂ ਇੰਡੀਆ ਬੈਠਾ ਸਾਰੇ ਪ੍ਰੋਗਰਾਮ ਵੇਖਦਾ ਹੁੰਦਾ, ਮੈਂ ਆਸਟ੍ਰੇਲੀਆ ਵੀ ਜਾਂਦਾ ਹੁੰਦਾ ਕੁੜੀ ਕੋਲ, ਉੱਥੇ ਵੀ ਇਹ ਪ੍ਰੋਗਰਾਮ ਚੱਲਦਾ ਵਾ। ਉਹ ਮੈਂ ਭਰਾ ਕੋਲ ਕਨੇਡੇ ਗਿਆ, ਉੱਥੇ ਵੀ ਇਹ ਪ੍ਰੋਗਰਾਮ ਚੱਲਦਾ ਵਾ। ਇਹ ਸਾਰੀਆਂ ਥਾਵਾਂ 'ਤੇ ਪ੍ਰੋਗਰਾਮ ਚੱਲਦੇ ਨੇ ਅਤੇ ਤੁਸੀਂ ਜ਼ਰੂਰ ਇਹਦਾ ਹਿੱਸਾ ਜੇ ਬਣਨਾ ਜੇ ਤਾਂ 14ਵਾਂ ਜਿਹੜਾ ਇਹਦਾ ਚੱਲ ਰਿਹਾ ਵਾ ਇਹਦੇ ਵਰੇ ਗੰਢ ਆ, ਉਹਦੇ ਵਿੱਚ ਤੁਸੀਂ ਜੁੜੋ, ਪਰਿਵਾਰ ਨੂੰ ਹੋਰ ਵੀ ਵੱਡਾ ਕਰੋ। ਅਤੇ ਮੈਂ ਤਾਂ ਸਾਡੇ ਨਾਲ ਜੁੜੇ ਨੇ ਸਾਡੇ ਰਣਜੀਤ ਬੇਗੋਵਾਲ ਪੁੱਤ ਮੇਰਾ, ਆ ਜਾ ਬਈ ਸਵਾਗਤ ਤੇਰਾ ਫੇਰ ਤੋਂ ਬ੍ਰੇਕ ਤੋਂ ਬਾਅਦ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਫਿਰ ਤੋਂ ਬਾਅਦ ਇੱਕ ਵਾਰ ਫਿਰ ਸਰੋਤਿਆਂ ਦਾ ਤੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ, ਧੰਨਵਾਦ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਤੇ ਵਟਸਐਪ ਹਾਂਜੀ ਹਾਂਜੀ ਮੈਨੂੰ ਲੱਗਦਾ ਤੁਹਾਨੂੰ ਕਾਲ ਆ ਕੇ
ਕਾਲ ਹਾਂਜੀ ਕਾਲ ਲੈਨੇ ਆ ਤੇ ਆਪਣਾ ਉਹ ਕੀ ਕਹਿੰਦੇ ਆ ਵੀ ਜਿੱਥੇ ਆਪਾਂ ਗੱਲਾਂ ਕੀਤੀਆਂ ਤੇ ਦੁੱਖ ਦੀ ਵੀ ਘੜੀ ਤੇ ਸੁੱਖ ਦੀ ਵੀ ਘੜੀ ਇਹ ਦੋ ਜਿਹੜੀਆਂ ਸਾਨੂੰ ਲੈਣੇ ਪੈਂਦੇ ਨੇ ਦੋਵੇਂ ਪਹਿਲੂ ਦੋਵਾਂ ਪਹਿਲੂਆਂ ਦੇ ਵਿੱਚ ਸਾਨੂੰ ਜਿਹੜਾ ਵਾ ਕਿ ਯੋਗਦਾਨ ਦੇਣਾ ਪੈਂਦਾ ਵਾ ਜਿੱਦਾਂ ਪੁੱਤ ਆਪਣਾ ਗਾਉਂਦਾ ਸੀ ਬੜਾ ਵਧੀਆ ਤੇ ਨਿੱਕ ਨੇ ਕੰਮ ਵੀ ਬੜਾ ਕੀਤਾ ਸੀ ਉਹ ਮੁੰਡੇ ਨਾਲ ਤੇ ਉੱਥੇ ਮੇਲਿਆਂ ਮੁਲਿਆਂ 'ਚ ਜਾਂਦਾ ਹੁੰਦਾ ਸੀਗਾ ਆਪਣਾ ਸਰਦੂਲ ਸਿਕੰਦਰ ਕਿੰਨੀ ਸੋਹਣੀ ਉਹਦੀ ਆਵਾਜ਼ ਤੇ ਕਿੱਡਾ ਉਹ ਸੀਗਾ ਵੀ ਤੇ ਪਤਾ ਹੀ ਨਹੀਂ ਉਹ ਕੀ ਦਿਨਾਂ ਦੇ ਵਿੱਚ ਹੀ ਵਿਚਾਰਾ ਉਹ ਖਤਮ ਹੋ ਗਿਆ ਗੀਤ ਇੰਨੇ ਸੋਹਣੇ ਸੋਹਣੇ ਉਹਦੇ ਵੀ ਅਸੀਂ ਵੀ ਸੁਣਦੇ ਹੁੰਦੇ ਸੀਗੇ ਤੇ ਕਾਫੀ ਚਿਰ ਤੋਂ ਹੀ ਤਾਂ ਉਹ ਵਿਚਾਰਾ ਹੁਣ ਵੇਖ ਲਾ ਨਿੱਕ ਵੀ ਬੜਾ ਦੁਖੀ ਸੀ ਕਹਿੰਦਾ ਵੀ ਅਸੀਂ ਭਾਜੀ ਹੁਣਾਂ ਨਾਲ ਬੜੇ ਪ੍ਰੋਗਰਾਮ ਕੀਤੇ ਨੇ ਸਟੇਜਾਂ ਤੇ ਮੇਲਿਆਂ ਤੇ ਟੈਲੀਵਿਜ਼ਨ ਤੇ ਤੇ ਉਹ ਹੁਣ ਉੱਥੋਂ ਵੀ ਦੁਖੀ ਸੀਗਾ ਥੋੜ੍ਹਾ ਤੇ ਮੈਨੂੰ ਕਹਿੰਦਾ ਸੀ ਪਾਪਾ ਜੀ ਗੱਲ ਜ਼ਰੂਰ ਕਰਨੀ ਸੀ ਆ ਭਾਜੀ ਉਹਨਾਂ ਵਾਸਤੇ ਮੈਂ ਕਰਾਂਗੇ ਕਿਉਂ ਨਹੀਂ ਕਰਨੀ ਪੁੱਤ ਤੂੰ ਵੀ ਕਰ ਕੁਛ ਗੱਲਬਾਤ ਵੀ ਅਸੀਂ ਵੀ ਉਹਨਾਂ ਨੂੰ ਵੀ ਉਹ ਵੀ ਸਾਡੇ ਪਰਿਵਾਰ ਦਾ ਹੀ ਮੈਂਬਰ ਸੀਗੇ ਤੇ ਉਹਨਾਂ ਨੂੰ ਵੀ ਸ਼ਰਧਾਂਜਲੀ ਦੇ ਦਈਏ ਜਿੱਥੇ ਅਸੀਂ ਆਪਣੀ ਐਨਵਰਸਰੀ ਮਨਾਉਣ ਆਪਣਾ ਹੈਗਾ ਵਾ ਇੱਕ ਖੁਸ਼ੀ ਦਾ ਦਿਨ ਆ ਐਨਵਰਸਰੀ ਆ ਤੇ ਉਹ ਉਹਨਾਂ ਨੂੰ ਵੀ ਸ਼ਰਧਾਂਜਲੀ ਵੀ ਦੇਣੀ ਬਣਦੀ ਆ ਸਾਡੀ ਦਿਲ ਦੀਆਂ ਗੱਲਾਂ 'ਚ ਤਾਇਆ ਜੀ ਬਿਲਕੁਲ ਜੀ ਬਿਲਕੁਲ ਬਾਣੀ ਵਿੱਚ ਵੀ ਲਿਖਿਆ ਹੈ ਸੁੱਖ ਦੁੱਖ ਦੋਏ ਕੱਪੜੇ ਪਹਿਨੇ ਜਾਏ ਮਨੁੱਖ ਸੁੱਖ ਤੇ ਦੁੱਖ ਜਿਹੜੇ ਨੇ ਉਹ ਸਾਡੇ ਦੋ ਕੱਪੜੇ ਨੇ ਅਸੀਂ ਇਹਨੂੰ ਜਦੋਂ ਸਾਡਾ ਜਨਮ ਹੁੰਦਾ ਉਦੋਂ ਤੋਂ ਅਸੀਂ ਇਹ ਪਾ ਕੇ ਦੁਨੀਆਂ ਦੇ ਉੱਤੇ ਆਉਂਦੇ ਹਾਂ ਬਹੁਤ ਹੀ ਵਧੀਆ ਮਤਲਬ ਕਿ ਸਾਨੂੰ ਗੁਰਬਾਣੀ ਬਹੁਤ ਵਧੀਆ ਸੇਧ ਦਿੰਦੀ ਹੈ ਅੱਜ ਜਿੱਥੇ ਅਸੀਂ ਆਪਣੇ ਚੈਨਲ ਦੀ ਐਨਵਰਸਰੀ ਮਨਾ ਰਹੇ ਹਾਂ ਜਨਮਦਿਨ ਮਨਾ ਰਹੇ ਹਾਂ ਜਿੱਥੇ ਆਪਾਂ ਗੁਰੂ ਰਵਿਦਾਸ ਜੀ ਦਾ ਜਨਮਦਿਨ ਮਨਾ ਰਹੇ ਹਾਂ ਉੱਥੇ ਸਾਡੇ ਦਿਲਾਂ ਦੇ ਵਿੱਚ ਕਿਤੇ ਨਮੀ ਵੀ ਹੈਗੀ ਹੈ ਸਾਡੀਆਂ ਅੱਖਾਂ ਨਮ ਨੇ ਕਿਧਰੇ ਇੱਕ ਬਹੁਤ ਹੀ ਉਂਦਾ ਆਪਣੇ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਨਰਿੰਦਰ ਸਿੰਘ ਢੇਸੀ ਜੀ ਸਾਡੇ ਜਸ ਪੰਜਾਬੀ ਦਾ ਪਰਿਵਾਰ ਦਾ ਹਿੱਸਾ ਸੀ ਜਿਹੜੇ ਉਹ ਸਾਨੂੰ ਅੱਜ ਰਾਤ ਹੀ ਵਿਛੋੜਾ ਦੇ ਕੇ ਚਲੇ ਗਏ ਨੇ ਉਦੋਂ ਪਹਿਲਾਂ ਪਿਛਲੇ ਵੀਕ ਪੰਜਾਬੀ ਮਾਂ ਬੋਲੀ ਦਾ ਇੱਕ ਸੁਪਰ ਸਟਾਰ ਸਤਾਰਾ ਜਿਹੜਾ ਸਾਡੀ ਰਗ ਰਗ ਵਿੱਚ ਜਿਹੜਾ ਮਤਲਬ ਕਿ ਸਾਡੇ ਦਿਲਾਂ ਦੀਆਂ ਧੜਕਣਾਂ ਦੇ ਵਿੱਚ ਵਸਦਾ ਸੀ ਸਰਦਾਰ ਆਪਣੇ ਆਪਣੇ ਸਭ ਅਸੀਂ ਉਹਨਾਂ ਨੂੰ ਵੀ ਮਤਲਬ ਕਿ ਅੱਜ ਆਪਣੇ ਸ਼ਬਦ ਫੁੱਲ ਭੇਟਾ ਕਰਦੇ ਹਾਂ ਹੈਲੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਲੈ ਲਈਏ ਪੋਤੇ ਕਾ ਹਾਂਜੀ ਲੈ ਲਓ ਹਾਂਜੀ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਮੈਂ ਜਸਪਾਲ ਸਿੰਘ ਬੋਲ ਰਿਹਾ ਜੀ ਕੈਨੇਡਾ ਤੋਂ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਜਸਪਾਲ ਸਿੰਘ ਜੀ ਔਰ ਮੈਨੂੰ ਖਾਸ ਜਸ ਟੀਵੀ ਦੇ ਨਾਲ ਤੇ ਸਾਰੇ ਸਟਾਫ ਦੇ ਨਾਲ ਇੱਕ ਮਤਲਬ ਪਿਆਰ ਹੈ ਕਿਉਂਕਿ ਜੋ ਕੁਛ ਵੀ ਤੁਸੀਂ ਲੋਕਾਂ ਨੇ ਸ਼ੁਰੂ ਕੀਤਾ ਸੀ ਉਹਨੂੰ ਬੜੇ ਹੀ ਬੁਲੰਦ ਹੌਸਲੇ ਨਾਲ ਅੱਜ ਤੱਕ ਨਿਭਾ ਰਹੇ ਹੋ ਜੀ ਮਿਹਰਬਾਨੀ ਜੀ ਬਹੁਤ ਬਹੁਤ ਮਿਹਰਬਾਨੀ ਇਹ ਤੁਹਾਡੇ ਜਿਹੜੇ ਸਾਡੇ ਸਰੋਤੇ ਨੇ ਸਾਡੇ ਕਾਲਰ ਨੇ ਜਿਹੜੇ ਸਾਡਾ ਪਰਿਵਾਰ ਦਾ ਏਡਾ ਵੱਡਾ ਹਿੱਸਾ ਨੇ ਉਹ ਉਹਨਾਂ ਦਾ ਕਰਕੇ ਹੀ ਇਹ 14 ਸਾਲ ਜਿਹੜੇ ਆ ਇਹ ਆਪਾਂ ਪੂਰੇ ਕੀਤੇ ਆ ਜੀ ਆਸ਼ੀਰਵਾਦ ਨੇ ਤੁਹਾਡੀਆਂ ਕਾਲਾਂ ਨੇ ਤੇ ਤੁਹਾਡੇ ਜਿਹੜੇ ਵਿਊਵਰ ਜਿਹੜੇ ਦੇਖਦੇ ਨੇ ਉਹਨਾਂ ਕਰਕੇ ਇਹ ਤੁਸੀਂ ਇਹ ਬੂਟੇ ਨੂੰ ਇਸੇ ਤਰ੍ਹਾਂ ਪਾਣੀ ਲਾਉਂਦੇ ਰਹੋ ਤੇ ਬੂਟਾ ਵੱਧਦਾ ਰਹੂ ਇਸ ਬੂਟੇ ਨੂੰ ਤਾਂ ਅਸੀਂ ਪਾਣੀ ਰਿਚਮੰਡ ਹਿੱਲ ਮੈਂ ਗੁਰਦਵਾਰ ਸਾਹਿਬ ਸੈਕਟਰੀ ਹੁੰਦਾ ਜਿਸ ਦਿਨ ਪਹਿਲੇ ਦਿਨ ਤੋਂ ਜਸ ਪ੍ਰੋਗਰਾਮ ਸ਼ੁਰੂ ਹੋਇਆ ਉਸ ਦਿਨ ਤੋਂ ਦੀਪਕ ਧੀਮਾਨ ਹੋਣੀ ਅਰਵਿੰਦ ਭੈਣ ਜੀ ਹੋਣੀ ਜਿਹੜੇ ਆਪਣੇ ਦੇ ਮਾਲਕ ਨੇ ਉਹਨਾਂ ਮੈਨੂੰ ਨਾਂ ਨਹੀਂ ਖਿਆਲ ਆ ਰਿਹਾ ਤੇ ਲੇਕਿਨ ਸਾਰੇ ਨਾਲ ਮਤਲਬ ਅਸੀਂ ਜੀ ਜਾਨ ਤੋਂ ਮਤਲਬ ਤੁਸੀਂ ਰਿਟਰਨ ਵੀ ਮੋੜੇ ਸਾਨੂੰ ਖੁਸ਼ੀ ਵੀ ਦਿੱਤੀ ਹਰ ਤਰ੍ਹਾਂ ਦੀ ਥੈਂਕ ਯੂ ਸੋ ਵੈਰੀ ਮੱਚ ਤੁਹਾਡੇ ਸਾਰੇ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਹਾਂ ਤੇ ਦੁੱਖ ਸੁੱਖ ਦੇ ਵਿੱਚ ਅਸੀਂ ਪੂਰੇ ਸਾਂਝੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਧੰਨਵਾਦ ਕਰਦੇ ਹਾਂ ਤੇ ਇਹ ਮਤਲਬ ਕਿ ਜੋ ਗੱਲਬਾਤ ਕਰ ਰਹੇ ਨੇ ਸਾਨੂੰ ਵਧਾਈਆਂ ਦੇ ਰਹੇ ਨੇ ਚੈਨਲ ਦੀਆਂ ਤੇ ਚੈਨਲ ਇਸ ਗੱਲ ਦਾ ਹੱਕਦਾਰ ਵੀ ਹੈਗਾ ਜੀ ਕਿਉਂਕਿ ਅੱਜ ਐਨੀਵਰਸਰੀ ਹੈ ਚੈਨਲ ਦੀ 14 ਸਾਲਾਂ ਦਾ ਹੋ ਗਿਆ ਹੈ ਬੂਟਾ ਜਿਹੜਾ ਮਤਲਬ ਕਿ ਜਵਾਨ ਹੋ ਰਿਹਾ ਹੈ ਇਹਨੂੰ ਬਹੁਤ ਵੱਡਾ ਬੋਰਡ ਬਣਾਉਣਾ ਆਪਾਂ ਤੇ ਮੈਂ ਆਪਣੇ ਮਰਹੂਮ ਸਰਦੂਲ ਸਿਕੰਦਰ ਜੀ ਬਾਰੇ ਦੋ ਲੈਣਾ ਲਿਖੀਆਂ ਸੀ ਹੁਣ ਕਿਸੇ ਡਾਢੇ ਲਿਖੇ ਦੁੱਖ ਤਕਦੀਰਾਂ ਚੋਂ ਔਖਿਆਂ ਲੱਭਦੇ ਫਿਰ ਸੁੱਖ ਲਕੀਰਾਂ ਚੋਂ ਵੱਲ ਜੀਣ ਦਾ ਲੱਭਦੇ ਲਾ ਕੇ ਯੋਰ ਦਿਮਾਗਾਂ ਅੰਦਰੋਂ ਸਾਹ ਕਾਬੂ ਨਾ ਆਉਂਦੇ ਕਦੇ ਕਿਸੇ ਹੱਥ ਸਿਕੰਦਰੋਂ
ਸਾਡੇ ਸਿਕੰਦਰ ਸਾਹਿਬ ਸਾਨੂੰ ਅਲਵਿਦਾ ਕਹਿ ਕੇ ਪਿਛਲੇ ਵੀਕ ਚਲੇ ਗਏ ਨੇ। ਅਸੀਂ ਉਹਨਾਂ ਨੂੰ ਮਤਲਬ ਕਿ ਆਪਣੇ ਦਿਲਾਂ ਦੇ ਵਿੱਚ ਹਮੇਸ਼ਾ ਯਾਦ ਰੱਖਾਂਗੇ। ਰਹਿੰਦੀ ਦੁਨੀਆ ਤੱਕ ਉਹਨਾਂ ਦੀ ਦਿੱਤੀ ਹੋਈ ਪੰਜਾਬੀ ਮਾਂ ਬੋਲੀ ਨੂੰ ਜਿਹੜੀ ਦੇਣ ਹੈ, ਅਸੀਂ ਉਸਨੂੰ ਕਦੀ ਭੁਲਾ ਨਹੀਂ ਸਕਦੇ। ਸੇਮ ਉਸੇ ਤਰ੍ਹਾਂ ਹੀ ਸਾਡੇ ਪ੍ਰੋਫੈਸਰ ਨਰਿੰਦਰ ਸਿੰਘ ਢੇਸੀ ਸਾਹਿਬ, ਉਹਨਾਂ ਵਾਸਤੇ ਵੀ ਆਪਾਂ ਮਤਲਬ ਕਿ ਉਹਨਾਂ ਦੀ ਆਤਮਾ ਵਾਸਤੇ, ਉਹਨਾਂ ਦੇ ਪਰਿਵਾਰ ਵਾਸਤੇ ਤੇ ਸਾਰਿਆਂ ਵਾਸਤੇ ਅਸੀਂ ਉਹਨਾਂ ਦੇ ਦੁੱਖ ਸੁੱਖ ਵਿੱਚ ਮਤਲਬ ਕਿ ਅਰਦਾਸ ਕਰਦੇ ਹਾਂ। ਪਰਮਾਤਮਾ ਉਹਨਾਂ ਦੀ ਆਤਮਾ ਨੂੰ ਵੀ ਆਪਣੇ ਚਰਨਾਂ ਦੇ ਵਿੱਚ ਨਿਵਾਜੇ। ਤੇ ਸਾਰੇ ਕਾਲਰ ਇੱਕ ਹੋਰ ਨੇ ਤੇ ਲੈ ਲਓ ਤਾਇਆ ਜੀ ਕਾਲਰ ਲੈ ਲਓ, ਨਹੀਂ ਤੇ ਬਾਟ ਆਣ ਕੇ ਔਖਾ ਹੋਊਗਾ। ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਹਾਂਜੀ, ਕੌਣ ਬੋਲਦੇ ਆ? ਸਤਿ ਸ੍ਰੀ ਅਕਾਲ ਤਾਇਆ ਨਿੱਕ ਪਾਠ ਜੀ, ਮੈਂ ਹਰਬੰਸ ਸਿੰਘ ਢਿੱਲੋਂ ਨਿਊ ਜਰਸੀ ਤੋਂ ਬੋਲ ਰਿਹਾ। ਉਹ ਪੁੱਤ ਪਿਛਲੀ ਵਾਰ ਵੀ ਤੁਹਾਡੀ ਭਾਜੀ ਕਾਲ ਆਈ ਜਦੋਂ ਅਸੀਂ ਮੇਰੀ ਡਿਊਟੀ ਲਾ ਗਏ, ਲੱਭਦਾ ਨਹੀਂ ਤੇ ਬਹੁਤ ਮਿਹਰਬਾਨੀ ਜੀ, ਕੀ ਕਹਿਣਾ ਚਾਹੋਗੇ? ਚਲੋ ਸਭ ਤੋਂ ਪਹਿਲਾਂ ਤੇ ਬੜਾ ਵਧੀਆ ਵੀ ਸਾਨੂੰ ਤਾਇਆ ਜੀ ਬੜੇ ਚਿਰ ਬਾਅਦ ਲੱਭੇ ਆ, ਤੇ ਅੱਜ ਦੇ ਪ੍ਰੋਗਰਾਮ ਵਿੱਚ ਰਣਜੀਤ ਬੇਗੋਵਾਲ ਜੀ ਤੇ ਤਾਇਆ ਨਿੱਕ ਪਾਠ ਜੀ ਨੂੰ ਸਤਿ ਸ੍ਰੀ ਅਕਾਲ। ਸੰਬੰਧ ਵਿਚ ਇਸ ਕਰਕੇ ਜਸ ਪੰਜਾਬੀ ਦਾ ਤੇ ਤੁਹਾਡਾ ਤੇ ਤੁਹਾਡੇ ਨਾਲ ਸ਼ਾਮਿਲ ਹੋਣ ਵਾਲੇ ਰਣਜੀਤ ਬੇਗੋਵਾਲ ਜੀ ਦਾ ਤੇ ਸੁਣ ਲੈ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਪੰਚ ਸਿੰਘ ਜੀ ਉਹ ਢਿੱਲੋਂ ਜੀ, ਅੱਜ ਤੇ ਸਾਡਾ ਤੇ ਜਸ ਦਾ ਪਰਿਵਾਰ ਦਾ 14ਵਾਂ ਜਨਮ ਦਿਨ ਵੀ ਹੈਗਾ ਵਾ, ਤੁਸੀਂ ਚੇਤਾ ਭੁੱਲ ਗਏ? ਬਹੁਤ ਬਹੁਤ ਵਧਾਈਆਂ ਤੁਹਾਡੇ ਜਨਮ ਦਿਨ ਦੀਆਂ ਤੇ ਇਸ ਬੂਟੇ ਨੂੰ ਹੋਰ ਵੱਡਾ ਹੋਣ ਦੀਆਂ ਬਹੁਤ ਬਹੁਤ ਵਧਾਈਆਂ ਤਾਇਆ ਜੀ, ਮੈਂ ਭੁੱਲਿਆ ਨਹੀਂ, ਅਜੇ ਤੇ ਬਹੁਤ ਗੱਲਾਂ ਕਰਨੀਆਂ ਸਨ ਤੇ ਇਹ ਵਧਾਈ ਵਾਲਾ ਮਤਲਬ ਗੱਲ ਤੇ ਅਜੇ ਕਰਨੀ ਸੀ ਪਰ ਤੁਸੀਂ ਪਹਿਲਾਂ ਹੀ ਮੈਨੂੰ ਇਸ ਗੱਲ ਵਾਸਤੇ ਕਹਿਤਾ। ਚਲੋ ਬਹੁਤ ਬਹੁਤ ਵਧਾਈਆਂ ਤੁਹਾਨੂੰ ਹੋਣ ਜਸ ਪੰਜਾਬੀ ਦੇ ਇਸ ਬੂਟੇ ਦੇ ਗੱਭਰੂ ਹੋਣ ਦੀਆਂ ਜੀ। ਮੈਂ ਤਾਂ ਹੀ ਵੀ ਟਾਈਮ ਥੋੜਾ ਰਹਿ ਗਿਆ ਤੇ ਮੈਂ ਕਿਹਾ ਵੀ ਗੱਲਾਂ। ਹਾਂਜੀ ਚਲੋ ਤੁਹਾਡਾ ਇੱਕ ਅੱਧਾ ਮਿੰਟ ਹੀ ਲਵਾਂਗੇ। ਗੁਰੂ ਰਵਿਦਾਸ ਜੀ ਬਾਰੇ ਆਪਾਂ ਗੱਲ ਕਰ ਰਹੇ ਸੀ, ਇਹ ਇੱਕ ਇਹੋ ਜਿਹੀ ਧਾਰਮਿਕ ਸ਼ਖਸੀਅਤ ਹੋਏ ਆ, ਅਧਿਆਤਮਕ ਵਾਦੀ ਹੋਏ ਨੇ ਇਹ ਰਵਿਦਾਸ ਜੀ, ਇੱਕ ਫਿਲਾਸਫਰ ਹੋਏ ਨੇ, ਇੱਕ ਪੋਇਟ ਹੋਏ ਨੇ, ਇੱਕ ਰੈਵੋਲੂਸ਼ਨਰੀ ਹੋਏ ਨੇ, ਔਰ ਇੰਨੀਆਂ ਖੂਬੀਆਂ ਕਰਕੇ ਹੀ ਸਾਡੇ ਗੁਰੂਆਂ ਨੇ ਇਹਨਾਂ ਨੂੰ ਆਪਣੀ ਲੈਣ ਵਿੱਚ ਨਾਲ ਖੜੇ ਕਰਕੇ ਬਰਾਬਰ ਦਾ ਸਤਿਕਾਰ ਤੇ ਮਾਣ ਦਿੱਤਾ। ਰਵਿਦਾਸ ਜੀ ਉਸ ਟਾਈਮ ਦੇ ਵਿੱਚ ਆਪਣੇ ਆਪ ਨੂੰ ਉੱਪਰ ਕੇ ਤਾਂ ਉੱਪਰ ਲਿਆਉਣਾ ਬੜਾ ਔਖਾ ਸੀ, ਜਦੋਂ ਊਚ ਨੀਚ ਦਾ ਬੜਾ ਸਵਾਲ ਸੀ, ਛੂਆ ਛਾਤ ਦਾ ਬੜਾ ਸਵਾਲ ਸੀ, ਜਦੋਂ ਬ੍ਰਾਹਮਣਵਾਦ ਰੂੜੀਵਾਦੀ ਬ੍ਰਾਹਮਣਵਾਦ ਰੰਗ ਜਾਤੀ ਧਰਮ ਤੇ ਸਮਾਜਿਕ ਅਸਮਾਨਤਾ ਦੇ ਨਾਲ ਇਸ ਟੋਏ ਵਿੱਚੋਂ ਨਿਕਲਣਾ ਬੜਾ ਔਖਾ ਸੀ, ਪਰ ਰਵਿਦਾਸ ਜੀ ਨੇ ਆਪਣੇ ਆਪ ਨੂੰ ਬੜਾ ਕਾਇਮ ਰੱਖਿਆ। ਉਹਨਾਂ ਵਿੱਚ ਪਰਮਾਤਮਾ ਦਾ ਨਾਮ ਵੀ ਸੀ, ਉਹ ਰੈਵੋਲੂਸ਼ਨਰੀ ਵੀ ਸਨ, ਉਹਨਾਂ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ ਤੇ ਰੱਬ ਨੂੰ ਆਪਣੇ ਅੰਗ ਸੰਗ ਜਾਣ ਕੇ, ਮਨੁੱਖਤਾ ਨੂੰ ਆਪਣੇ ਆਪ ਦੇ ਬਰਾਬਰ ਜਾਣ ਕੇ ਆਪਣੇ ਆਪ ਨੂੰ ਤਾਂ ਚੁੱਕਿਆ। ਤਾਂ ਹੀ ਤਾਂ ਉਹ ਲਿਖਦੇ ਨੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਸਾਡੇ ਇਹਨਾਂ ਭਗਤਾਂ ਵਿੱਚ ਇੰਨੀ ਵੀ ਜ਼ਰੂਰਤ ਹੈਗੀ ਸੀ ਵੀ ਇਹਨਾਂ ਬ੍ਰਾਹਮਣ ਨੂੰ ਇਹ ਵੀ ਕਹਿ ਦਿੱਤਾ ਕਿ ਤੂੰ ਕਿੱਦਾਂ ਵੱਡਾ ਵਾ, ਤੂੰ ਕਿਸੇ ਹੋਰ ਰਾਹ ਰਾਹੀਂ ਨਹੀਂ ਪੈਦਾ ਹੋਇਆ। ਇਹੋ ਜਿਹੀ ਜ਼ਰੂਰਤ ਸੀ ਸਾਡੇ ਇਹਨਾਂ ਸੰਤਾਂ ਦੇ ਵਿੱਚ ਤੇ ਉਹਨਾਂ ਆਪਣੇ ਆਪ ਨੂੰ ਇੰਨਾ ਉੱਚਾ ਉਭਾਰਿਆ ਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਉਹਨਾਂ ਦੀ ਮਨੁੱਖਤਾ ਦੀ ਸਾਂਝੀਵਾਲਤਾ ਦੀ ਗੁਰਬਾਣੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਕਰਕੇ ਉਹਨਾਂ ਨੂੰ ਬਹੁਤ ਵੱਡਾ ਮਾਣ ਦਿੱਤਾ ਤੇ ਤੁਹਾਡੇ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਤੇ ਆਪਣਾ ਇਹੋ ਜਿਹਾ ਪ੍ਰੋਗਰਾਮ ਲੈ ਕੇ ਆਏ ਜੇ। ਮੈਨੂੰ ਪਤਾ ਤੁਹਾਡੇ ਕੋਲ ਟਾਈਮ ਬੜਾ ਥੋੜਾ, ਇਸ ਕਰਕੇ ਮੈਂ ਆਪਣਾ ਇੱਥੇ ਹੀ ਸਮਾਪਤ ਕਰਦਾ ਹਾਂ। ਸਤਿ ਸ੍ਰੀ ਅਕਾਲ ਤਾਇਆ ਜੀ ਤੇ ਰਵਿਦਾਸ ਜੀ ਤੇ ਹੋਰ ਸਰੋਤਿਓ, ਮੇਰੇ ਵੱਲੋਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਰਵਿਦਾਸ ਜੀ ਦੇ ਜਨਮ ਦਿਨ ਦੀਆਂ ਜੀ। ਮਿਹਰਬਾਨੀ ਬਹੁਤ ਬਹੁਤ ਕਰਦੇ ਰਿਹਾ ਕਰੋ ਕਾਲ ਕੂਲ। ਓਕੇ ਜੀ ਹਾਂ ਪੁੱਤ, ਕਾਲਰ ਸੀਗੇ ਤੇ ਗੱਲਬਾਤ ਜਿੱਥੇ ਆਪਾਂ ਕਰ ਰਹੇ ਸੀ
ਸਮਾਂ ਪਤਾ ਨਹੀਂ ਲੱਗਦਾ, 1 ਘੰਟੇ ਦਾ ਕਦੋਂ ਮੁੱਕ ਜਾਂਦਾ। ਗੱਲਾਂ ਬੜੀਆਂ ਹੁੰਦੀਆਂ ਮੈਨੂੰ ਤੇ, ਮੈਂ ਤਾਂ ਪਹਿਲੇ ਦਿਨ ਡਰ ਗਿਆ ਸੀ, ਮੈਂ ਵੀ 1 ਘੰਟਾ ਮੈਂ ਗੱਲਾਂ ਕਿੱਦਾਂ ਕਰੂੰਗਾ ਕਿ ਕੀ ਗੱਲਾਂ ਕਰੂੰਗਾ। ਤੇ ਗੱਲਾਂ ਤੇ ਸਾਡੇ ਕਾਲਰ ਜਿਹੜੇ ਸਾਨੂੰ ਪਿਆਰ ਕਰਨ ਵਾਲੇ ਆ, ਉਹ ਗੱਲਾਂ ਸਾਨੂੰ ਨਾਲ ਦੀ ਨਾਲ ਦੱਸੀ ਜਾਂਦੇ ਆ। ਤੇ ਮੈਂ ਪਤਾ ਆਪਾਂ ਜਿੱਦਾਂ ਵੀ ਹੁਣ ਜਾਂਦੇ ਜਾਂਦੇ ਵੀ ਸਾਰੀਆਂ ਹੋ ਗਈਆਂ ਗੱਲਾਂ, ਤੇ ਜਿੱਦਾਂ ਜਿੱਥੇ ਗੱਲ ਆਪਣਾ ਚੈਨਲ ਆਪਣਾ ਹੈਗਾ ਵਾ ਜਸ ਪੰਜਾਬੀ, ਤੇ ਦਰਸ਼ਕੋ ਇਹ ਚੈਨਲ ਦੇ ਨਾਲ ਜਿੱਦਾਂ ਮੈਂ ਦੱਸਿਆ ਵੀ ਮੈਂ ਜਿਹੜੇ ਜਿਹੜੇ ਮੁਲਕਾਂ 'ਚ ਗਿਆ ਵਾਂ ਵੀ ਘੁੰਮਦਾ ਹੀ ਰਹਿੰਦਾ ਮੈਂ, ਤੇ ਕਦੀ ਕਿਸੇ 'ਚ ਤੇ ਕਦੀ ਕਿਤੇ, ਤਾਂ ਉੱਥੇ ਜਿੱਥੇ ਵੀ ਲਾ ਲਓ TV 'ਤੇ ਮੈਂ ਤਾਂ ਉੱਥੇ ਜਾ ਕੇ ਜਸ ਪੰਜਾਬੀ ਵੇਖਦਾ ਹੁੰਦਾ ਵਾਂ। ਜਸ ਪੰਜਾਬੀ ਦੇ ਬੜੇ ਵਧੀਆ ਪ੍ਰੋਗਰਾਮ ਹੁੰਦੇ ਨੇ, ਜਿਸ ਤਰ੍ਹਾਂ ਵੀ ਮੈਂ ਉੱਥੇ ਸੀਗਾ ਅਤੇ ਕਨੇਡੇ ਵਿੱਚ, ਅਤੇ ਮੈਂ ਦੇਖਣਾ ਸੀ ਤਾਂ ਸਾਰਾ ਕੁਛ ਵਿਖਾਈ ਜਾਂਦੇ ਸੀ, ਤੇ ਜਾਣ ਦਾ ਟਾਈਮ ਵੀ ਬਹੁਤ ਹੋ ਚੱਲਿਆ, ਤੇ ਜਾਂਦੇ ਜਾਂਦੇ ਮੈਸੇਜ ਦੇ ਦਈਏ ਕੋਈ। ਬਿਲਕੁਲ ਜੀ, ਜਸ ਪੰਜਾਬੀ ਦੇਖਣ ਵਾਲੇ ਦਰਸ਼ਕਾਂ ਨੂੰ ਅਸੀਂ ਫਿਰ ਤੋਂ ਵਧਾਈਆਂ ਦਿੰਦੇ ਹਾਂ ਸਾਰਿਆਂ ਨੂੰ, ਤੇ ਜਸ ਪੰਜਾਬੀ ਨੇ ਜੋ ਸਾਡੇ ਸਾਡੇ ਵਾਸਤੇ ਐਂਟਰਟੇਨਮੈਂਟ ਦੇ ਪ੍ਰੋਗਰਾਮ ਲਿਆਉਂਦੇ ਨੇ, ਨਿਊਜ਼ ਦੇ ਪ੍ਰੋਗਰਾਮ ਲਿਆਉਂਦੇ ਨੇ, ਅੱਜ ਜਸ ਪੰਜਾਬੀ ਦੇ ਵਿੱਚ ਮਿਊਜ਼ਿਕ ਹੈ, ਫਿਲਮਾਂ ਨੇ, ਹਰ ਤਰ੍ਹਾਂ ਦਾ ਐਂਟਰਟੇਨਮੈਂਟ ਹੈ, ਹਰ ਤਰ੍ਹਾਂ ਦੇ ਸਰੋਤੇ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਜੋ ਟੀਮ ਵਰਕ ਕੰਮ ਕਰ ਰਹੀ ਹੈ, ਮੈਂ ਕਹਿੰਦਾ ਵਾਂ ਵੀ ਸਾਰੇ ਵਧਾਈ ਦੇ ਪਾਤਰ ਨੇ, ਤੇ ਲੋਕਾਂ ਦੀ ਦਿਲਾਂ ਦੀ ਧੜਕਣ ਬਣ ਰਿਹਾ ਹੈ ਜਸ ਪੰਜਾਬੀ, ਤੇ ਮੈਂ ਸਾਰੇ ਸਰੋਤਿਆਂ ਨੂੰ ਇੱਕ ਵਾਰ ਤੋਂ ਫਿਰ ਵਧਾਈਆਂ ਦਿੰਦਾ ਤੇ ਕਹਿੰਦਾ ਕਿ ਵੇਖਦੇ ਰਹੋ ਤੁਹਾਡਾ ਆਪਣਾ ਤੇ ਆਪਣਾ ਸਿਰਫ ਤੇ ਸਿਰਫ ਤੁਹਾਡਾ ਆਪਣਾ ਜਸ ਪੰਜਾਬੀ TV। ਹਾਂ ਪੁੱਤ, ਮਿਹਰਬਾਨੀ ਬਹੁਤ ਬਹੁਤ। ਦਰਸ਼ਕੋ ਜਿੱਦਾਂ ਤੁਸੀਂ ਦੇਖਿਆ ਵੀ ਇਹ 14 ਸਾਲ ਜਿਹੜਾ ਅਸੀਂ ਸਫ਼ਰ, ਮੈਂ ਤਾਂ ਕੱਲ੍ਹ ਆਇਆ ਵਾਂ, ਅਤੇ ਵੀ ਜੱਜ ਪਰਿਵਾਰ ਨੇ ਤਾਂ ਇਹਦੇ ਵਿੱਚ ਹੋਰ ਵੀ ਸਾਰੇ ਜਿਹੜੇ ਮੈਂਬਰ ਨੇ, ਭਾਵੇਂ ਉਹ ਟੈਕਨੀਸ਼ੀਅਨ ਨੇ, ਭਾਵੇਂ ਉਹ ਐਂਕਰ ਨੇ, ਭਾਵੇਂ ਉਹ ਰਾਈਟਰ ਨੇ, ਭਾਵੇਂ ਉਹ ਮੇਕਅਪ 'ਤੇ ਨੇ, ਭਾਵੇਂ ਸਾਡੇ ਡਾਇਰੈਕਟਰ ਨੇ, ਸਾਡੇ ਹੋਰ ਵੀ ਜਿਹੜੇ ਸਾਨੂੰ ਸਾਡੀਆਂ ਫੋਟੋਆਂ ਤੁਹਾਡੇ ਤੱਕ ਲੈ ਕੇ ਆਉਂਦੇ ਨੇ, ਉਹ ਸਾਰੇ ਹੀ ਜਿੱਦਾਂ ਹੈਗੇ ਨੇ ਆਪਣਾ ਸੁੱਖਾ ਸਾਡਾ। ਮੈਂ ਸੁੱਖੇ ਨਾਲ ਵੀ ਮੇਰੀ ਗੱਲ ਹੋਈ, ਉਹ ਵੀ ਹੈਗਾ ਸਾਡਾ ਮੁੰਡਾ, ਉਹ ਵੀ ਬੜਾ ਕੰਮ ਕਰਦਾ ਜੇ ਉੱਥੇ ਆਪਣਾ ਦੀਪਕ, ਉਹ ਵੇਖ ਲਓ ਵੀ 24 ਘੰਟੇ ਨੱਠੇ ਫਿਰਦੇ ਆ, ਅਤੇ ਆਪਣੇ ਇਹਦੇ ਵਿੱਚ, ਅਤੇ ਜਿੱਥੇ ਆਪਾਂ ਗੱਲ ਕਰ ਲਈਏ ਜੱਗੀ ਹੁਣਾਂ ਦੀ, ਤਾਂ ਹੋਰ ਸਾਰੇ ਜਿੰਨੇ ਸਾਡੇ ਹੈਗੇ ਨੇ ਪੀਰ ਭੈਣ ਭਰਾ ਕਈਆਂ ਦਾ, ਆਪਾਂ ਹਰਕੀਰਤ ਹੋ ਗਿਆ, ਅਸ਼ਮਿਤਾ ਹੋ ਗਈ ਆ, ਤਾਂ ਹੋਰ ਵੀ ਕਈ ਨੇ, ਅਤੇ ਉਹ ਭੈਣ ਜੀ ਸਾਡੇ ਹੈਗੇ ਨੇ ਉਹ ਜਿਹੜੇ ਪ੍ਰੋਗਰਾਮ ਲੈ ਕੇ ਆਉਂਦੇ, ਮੈਨੂੰ ਨਾਂ ਉਹ ਕਈਆਂ ਦੇ ਹੁਣ ਨਹੀਂ ਲੈਣੇ ਆਉਂਦੇ, ਤਾਂ ਉਹ ਸਾਰਿਆਂ ਵੱਲੋਂ ਹੀ ਵੀ ਜਿਹੜੇ ਨਾਂ ਰਹਿ ਗਏ ਹੁਣ ਸਾਰੇ ਜਿਹੜੇ ਸਾਡੇ ਟੀਮ ਮੈਂਬਰ ਨੂੰ, ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਜਸ ਪਰਿਵਾਰ ਨੂੰ ਅੱਜ ਦੀ ਜਿਹੜੀ ਆਹ 14ਵੀਂ ਵਰ੍ਹੇਗੰਢ ਦੀ ਬਹੁਤ ਬਹੁਤ ਵਧਾਈ ਹੋਵੇ, ਅਤੇ ਦਰਸ਼ਕੋ ਤੁਸੀਂ ਵੀ ਜੇ ਸਾਡੇ ਪ੍ਰੋਗਰਾਮ ਕਿਸੇ ਦਾ ਵੀ ਹਿੱਸਾ ਬਣਨਾ ਚਾਹੁੰਦੇ ਹੋ ਤਾਂ nick@jasbroadcasting.com 'ਤੇ ਜਾਂ ਫਿਰ info@jasbroadcasting.com 'ਤੇ, ਅਤੇ ਇੱਕ ਅਸੀਂ ਨਵੀਂ ਹੋਰ ਬਣਾਵਾਂਗੇ nick@jasbroadcasting.com ਵੀ ਛੇਤੀ ਬਣਾਵਾਂਗੇ। ਸੋ ਦਰਸ਼ਕੋ ਇੰਨਾ ਹੀ ਸੀਗਾ ਵੀ ਅੱਜ ਦਾ, ਇੰਨਾ ਹੀ ਸੀਗਾ, ਅਤੇ ਸਾਨੂੰ ਦਓ ਇਜਾਜ਼ਤ ਅਤੇ ਲੈਂਦੇ ਹਾਂ ਤੁਹਾਡੇ ਤੋਂ, ਅਤੇ ਬਹੁਤ ਬਹੁਤ ਰੱਬ ਰਾਖਾ ਜੀ ਤੁਹਾਡਾ ਜੀ, ਜਿਉਂਦੇ ਰਹੋ, ਵੱਸਦੇ ਰਹੋ, ਅਤੇ ਜਸ ਦੇ ਪ੍ਰੋਗਰਾਮ ਵੇਂਦੇ ਰਹੋ।